ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਬੈਕਲੌਗ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਾਫੀ ਪਿਛਲੇ ਟਾਈਮ ਤੋਂ ਹੋ ਰਹੀਆਂ ਜਦੋਂ ਤੋਂ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਆਏ ਆ ਤੇ ਨਾਲ ਦੀ ਨਾਲ ਪਹਿਲਾਂ ਵਾਲੇ ਛੱਡ ਕੇ ਗਏ ਆ ਤੇ ਬਹੁਤ ਸਾਰੀਆਂ ਜਿਹੜੀਆਂ ਐਪਲੀਕੇਸ਼ਨਾਂ ਸਟਕ ਹੋਈਆਂ ਪਈਆਂ ਚਾਹੇ ਆਪਾਂ ਸਪਾਊਸਲ ਦੀ ਗੱਲ ਕਰ ਲਈਏ ਚਾਹੇ ਪਰਮਨੈਂਟ ਰੈਜ਼ਿਡੈਂਸੀ ਦੀ ਗੱਲ ਕਰ ਲਈਏ ਚਾਹੇ ਆਪਾਂ ਸਿਟੀਜ਼ਨਸ਼ਿਪ ਦੀ ਗੱਲ ਕਰ ਲਈਏ ਚਾਹੇ ਆਪਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕਰ ਲਈਏ ਤੇ ਜਿਹਦੇ ਕਰਕੇ ਬਹੁਤ ਸਾਰੇ ਐਪਲੀਕੈਂਟ ਬਹੁਤ ਜ਼ਿਆਦਾ ਨਿਰਾਸ਼ ਆ ਬਟ ਅੱਜ ਇੱਕ ਪੋਜ਼ਿਟਿਵ ਹੋਪ ਜਾਨੀ ਕਿ ਇੱਕ ਚੰਗਾ ਸਾਈਨ ਸਾਹਮਣੇ ਨਿਕਲ ਕੇ ਆਇਆ ਸੀਆਈਸੀ ਨਿਊਜ਼ ਦੀ ਇੱਕ ਅਪਡੇਟ ਆ ਜਿਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤੇ 4-5 ਸਵਾਲ ਹੋਣਗੇ ਜਿਨ੍ਹਾਂ ਦੇ ਉੱਤੇ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੇ ਇਹ ਮੁੱਦੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਆਰਸੀਆਈਸੀ ਅਮਨਦੀਪ ਸਿੰਘ ਢਿੱਲੋਂ ਮੌਜੂਦ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਹਿੰਦੇ ਵੀ ਅੱਜ ਸੀਆਈਸੀ ਨਿਊਜ਼ ਤੇ ਅਪਡੇਟ ਆਇਆ ਕਹਿੰਦੇ ਵੀ ਇੰਪਰੂਵਮੈਂਟ ਹੋਈ ਹੈ ਜੀ ਬੈਕਲੌਗ ਨੂੰ ਲੈ ਕੇ ਜੀ ਜੀ ਤੇ ਮਾੜਾ ਜਾਂ ਚਾਨਣ ਪਾਓ ਫਿਰ ਆਪਾਂ ਸਵਾਲਾਂ ਦਾ ਜਿਹੜਾ ਅੱਗੇ ਸ਼ੁਰੂ ਕਰਾਂਗੇ ਵੀ ਕਿਹੜੇ-ਕਿਹੜੇ ਸਵਾਲ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨੇ ਆ ਤੇ ਆਪਾਂ ਬਰੀਫ ਉਹਨਾਂ ਤੇ ਡਿਸਕਸ਼ਨ ਕਰਾਂਗੇ ਤੇ ਪਹਿਲਾਂ ਦੱਸ ਦੋ ਵੀ ਆ ਜਿਹੜੀ ਨਿਊਜ਼ ਜੀ ਆਈਏ ਸੀ ਆਈ ਸੀ ਨਿਊਜ਼ ਤੇ ਉਹਦਾ ਕੀ ਪ੍ਰਭਾਵ ਜਾ ਪਿਆ ਸੋ ਬਿਲਕੁਲ ਜੀ ਇੰਪਰੂਵਮੈਂਟ ਤਾਂ ਹੋਈ ਆ ਵੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਪਰੂਵਮੈਂਟ ਹੋਈ ਆ ਪਰ ਮੈਨੂੰ ਲੱਗਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਕਿਤੇ ਨਾ ਕਿਤੇ ਭਵਿੱਖਬਾਣੀ ਵਾਲਾ ਕੰਮ ਵੀ ਹੁਣ ਖੋਲ ਲੈਣਾ ਚਾਹੀਦਾ ਵੀ ਆਪਣੀਆਂ ਜਿਹੜਾ ਆਪਾਂ ਪਿਛਲੇ 3-4 ਅਪਡੇਟ ਦੇ ਵਿੱਚ ਗੱਲ ਕੀਤੀ ਆ ਉਹ ਗੱਲ ਹੁਣ ਪ੍ਰੈਕਟੀਕੈਲਿਟੀ ਦੇ ਵਿੱਚ ਸਾਹਮਣੇ ਆਉਣ ਲੱਗ ਗਈ ਆ ਆਪਾਂ ਜੋ ਕਹਿ ਰਹੇ ਸੀ ਵੀ ਇਹਦਾ ਜਿਹੜਾ ਫਾਇਦਾ ਆ ਜਿਹੜੇ ਇਹਦੇ ਸ਼ਾਰਟ ਟਰਮ ਰਿਜ਼ਲਟ ਆ ਇਮੀਡੀਏਟ ਰਿਜ਼ਲਟ ਆ ਉਹ ਆਪਾਂ ਨੂੰ ਪੀਆਰ ਦੀਆਂ ਫਾਈਲਾਂ 'ਚ ਦੇਖਣਗੇ ਤੇ ਪੀਆਰ ਦੀਆਂ ਫਾਈਲਾਂ ਤੋਂ ਬਾਅਦ ਇਹਨਾਂ ਨੇ ਕਿਤੇ ਹੋਰ ਜਾਣਾ ਸੋ ਬਿਲਕੁਲ ਉਹੀ ਆ ਜੀ ਜੇ ਆਪਾਂ ਅੰਕੜੇ ਵੀ ਦੇਖਦੇ ਆ ਬਿਲਕੁਲ ਅਜੇ ਤੱਕ ਜਿਹੜੀ ਇੰਪਰੂਵਮੈਂਟ ਆ ਉਹ ਬਿਲਕੁਲ ਕੱਲੀਆਂ ਪੀਆਰ ਵਾਲੀਆਂ ਫਾਈਲਾਂ ਦੇ ਵਿੱਚ ਹੋ ਰਹੀ ਆ ਤੇ ਬਾਕੀਆਂ ਦਾ ਤੋਂ ਚਲੋ ਆਪਾਂ ਅੰਕੜੇ ਦਿਖਾ ਕੇ ਗੱਲ ਕਰਦੇ ਆ ਵੀ ਉਹ ਉਹ ਕਿੱਧਰ ਨੂੰ ਜਾ ਰਹੀਆਂ ਨੇ ਬਈ ਜੀ ਤੁਸੀਂ ਕਿਤੇ ਨਾ ਕਿਤੇ ਮੰਨਦੇ ਹੋ ਕਿ ਹੁਣ ਬੈਕਲੌਗ ਖਤਮ ਕਰਨਾ ਲੋ ਤੁਰਪੇ ਆ ਜਾਨੀ ਕਿ ਉਹਨਾਂ ਨੇ ਚੈੱਕ ਲਿਆ ਵੀ ਠੀਕ ਹੈ ਦਾਤੀ ਪੱਠੇ ਵੱਡ ਲੈਣੇ ਆ ਹੁਣ ਉਹਨਾਂ ਨੇ ਖੇਤ ਨੂੰ ਤੁਰਪੇ ਆ ਉਹ ਰੇੜਾ ਲੈ ਕੇ ਤੇ ਗੱਲਬਾਤ ਕਿਤੇ ਨਾ ਕਿਤੇ ਟਿਕਾਣੇ ਲੱਗਦੀ ਨਜ਼ਰ ਆ ਰਹੀ ਹੈ ਜਾਂ ਨਹੀਂ ਆ ਰਹੀ ਨਹੀਂ ਨਹੀਂ ਬਿਲਕੁਲ ਬਿਲਕੁਲ ਉਹਨਾਂ ਦਾ ਜੀ ਜਿਹੜਾ ਇਸ ਟਾਈਮ ਦੇ ਉੱਪਰ ਮੇਨ ਮਕਸਦ ਹੈਗਾ ਜਿਵੇਂ ਆਪਾਂ ਜੇ ਕੁਆਟਰਲੀ ਉਹਨਾਂ ਦੇ ਟਾਰਗੇਟ ਵੀ ਦੇਖੀਏ ਜਿਵੇਂ ਆਪਾਂ ਜੇ ਐਗਜ਼ਾਮਪਲ ਪਿਛਲੇ ਸਾਲ ਦੀ ਲੈ ਲਈਏ ਤਾਂ ਉਹਨਾਂ ਦਾ ਪਹਿਲਾ ਕੁਆਟਰ ਸੀ ਉਹਨਾਂ ਨੇ 75 ਵਾਲਾ ਡਰਾਅ ਕੱਢ ਕੇ ਮਤਲਬ ਪੀਆਰ ਵੱਲ ਨੂੰ ਖਿੱਚੇ ਸਾਰੇ ਫਿਰ ਦੂਜੇ ਕੁਆਟਰ ਆਉਂਦੇ ਆਉਂਦੇ ਉਹਨਾਂ ਨੇ ਟੀਆਰ ਟੂ ਪੀਆਰ ਕਰਤਾ ਸੋ ਉਹ ਉਸ ਤਰੀਕੇ ਜੇ ਆਪਾਂ ਦੇਖੀਏ ਤੇ ਫਿਰ ਜਿਵੇਂ ਲਾਸਟ ਕੁਆਟਰ ਆਉਂਦੇ ਆਉਂਦੇ ਦਸੰਬਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਜਿੰਨੀਆਂ ਟੀਆਰ ਟੂ ਪੀਆਰ ਵਾਲੀਆਂ ਆ ਗਈਆਂ ਕਿ ਉਹਨਾਂ ਦਾ ਫੋਕਸ ਹੁੰਦਾ ਵੀ ਇਸ ਤੇ ਆ ਜੋ ਇਹਨਾਂ ਅੰਕੜਿਆਂ ਤੋਂ ਜੋ ਆਪਾਂ ਐਨਲਾਈਜ਼ ਕਰ ਸਕਦੇ ਹਾਂ ਉਹ ਇਹ ਜ਼ਰੂਰ ਹੈ ਕਿ ਉਹਨਾਂ ਦਾ ਜਿਹੜਾ ਫੋਕਸ ਹੈ ਬਿਲਕੁਲ ਇਸ ਟਾਈਮ ਦੇ ਉੱਪਰ ਉਹ ਹੈਗਾ ਬੈਕਲੌਗ ਖਤਮ ਕਰਨ ਦੇ ਵਿੱਚ ਬਟ ਮੇਨ ਫੋਕਸ ਇਸ ਟਾਈਮ ਤੇ ਪੀਆਰ ਦੀਆਂ ਫਾਈਲਸ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਇਕਨੋਮਿਕ ਕਲਾਸ ਤੇ ਖਾਸ ਕਰ ਫੈਡਰਲ ਸਕਿਲਡ ਵਰਕਰ ਜੋ 2020 ਤੋਂ اٹਕਿਆ ਹੋਇਆ ਉਹਦੇ ਤੇ ਜ਼ੋਰ ਲੱਗਿਆ ਭਾਈ ਜੀ ਇੱਥੇ ਹੁਣ ਆਪਾਂ 4-5 ਸਵਾਲ ਕਰਨੇ ਆਂ 4 ਕੀ ਸਵਾਲ ਅੱਜ ਵਾਲੀ ਵੀਡੀਓ ਦੇ ਵਿੱਚ ਤੇ ਆਪਾਂ ਆਂਕੜੇ ਵੀ ਨਾਲ-ਨਾਲ ਦਿਖਾਈ ਚੱਲਾਂਗੇ ਵੀ ਜਿਹੜਾ ਸਾਡੇ ਪਿੰਡ ਤੋਂ ਭੈਣ ਭਰਾ ਠੀਕ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਅਵੇਅਰਨੈਸ ਬਹੁਤ ਜ਼ਰੂਰੀ ਆ ਠੀਕ ਹੈ ਸੋ ਬਾਈ ਜੀ ਪਹਿਲਾ ਸਵਾਲ ਇਹ ਹੈ ਕਿ ਬੈਕਲੌਗ ਇੰਪਰੂਵਮੈਂਟ ਇੱਕ ਸਾਈਨ ਦਿੱਤਾ ਜਾ ਰਿਹਾ ਕਿ ਕਾਫੀ ਜਿਹੜੀਆਂ ਐਪਲੀਕੇਸ਼ਨਾਂ ਨੂੰ ਕੱਢਿਆ ਜਾ ਰਿਹਾ ਰਿਜ਼ਲਟ ਦਿੱਤੇ ਜਾ ਰਹੇ ਆ ਜੀ ਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਦੀ ਗੱਲ ਕਰਾਂਗੇ ਆਪਾਂ ਠੀਕ ਹੈ ਜੀ ਦੂਜਾ ਸਵਾਲ ਐਫ ਐਸ ਡਬਲਯੂ ਪੀ ਵਾਲੇ ਆ ਜਿਹੜੇ ਐਪਲੀਕੇਟ ਉਹਨਾਂ ਦੀ ਗੱਲਬਾਤ ਕਰਾਂਗੇ ਜੀ ਤੇ ਤੀਜਾ ਸਵਾਲ ਬਾਈ ਜੀ ਹੈਗਾ ਕੇਅਰਗੇਵਰ ਵਾਲੇ ਕੇਅਰਗੇਵਰ ਦੀਆਂ ਫਾਈਲਾਂ ਦੇ ਰਿਜ਼ਲਟ ਕਦੋਂ ਆਉਣਗੇ ਠੀਕ ਹੈ ਤੇ ਚੌਥਾ ਸਵਾਲ ਆਪਣਾ ਹੈਗਾ ਸਟੂਡੈਂਟ ਵੀਜ਼ਾ ਦਾ ਜਾਨੀ ਕਿ ਨਾਲ ਦੀ ਨਾਲ ਵਰਕ ਪਰਮਿਟ ਵਾਲੇ ਹੋਗੇ ਨਾਲ ਦੀ ਨਾਲ ਸਪਾਊਸ ਐਪਲੀਕੇਸ਼ਨਾਂ ਵਾਲੇ ਹੋਗੇ ਵਿਸਟਰ ਵੀਜ਼ਾ ਵਾਲੇ ਹੋਗੇ ਜੀ ਤੇ ਨਾਲ ਦੀ ਨਾਲ ਆਪਾਂ ਇੱਥੇ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਬੈਕਲੌਗ ਆ ਠੀਕ ਹੈ ਇਹ ਕਿਤੇ ਨਾ ਕਿਤੇ ਇੰਪੈਕਟ ਕਰ ਰਿਹਾ ਸੀ ਜਿਹੜੇ ਰਿਜ਼ਲਟ ਨਹੀਂ ਆ ਰਹੇ ਸੀ ਇਹ ਵੀ ਬੈਕਲੌਗ ਜਿਆਦਾ ਜਮਾ ਹੋ ਗਿਆ ਜਿਹਦੇ ਕਰਕੇ ਐਪਲੀਕੇਸ਼ਨ ਸਟਕ ਹੋ ਗਈਆਂ ਤੇ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਜੀ ਠੀਕ ਹੈ ਜੀ ਭਾਈ ਜੀ ਪਹਿਲਾਂ ਆਪਾਂ ਬੈਕਲੌਗ ਇੰਪਰੂਵਮੈਂਟ ਦੀ ਗੱਲ ਕਰਦੇ ਆ ਤਾਂ ਮੈਂ ਆਕੜੇ ਜ਼ਰੂਰ ਦਿਖਾ ਦਿਆਂ ਤੁਹਾਨੂੰ ਪੀਆਰ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਭਾਈ ਜੀ ਇਹਦੇ ਤੇ ਗੱਲਬਾਤ ਕਰੋ ਠੀਕ ਹੈ ਦੱਸੋ ਸੋ ਇੱਕ ਤਾਂ ਇਹ ਹੈ ਜੀ ਵੀ ਜੇ ਵੈਸੇ ਆਪਾਂ ਦੇਖੀਏ ਵੀ ਇਹ ਜਿਹੜੇ ਅੰਕੜੇ ਹੈਗੇ ਨੇ ਲਾਸਟ ਆਪਣਾ ਜਿਹੜਾ ਆਪਣੇ ਕੋਲੇ ਡਾਟਾ ਸੀ ਉਹ ਸੀ 15 ਦਸੰਬਰ ਦਾ ਤੇ ਹੁਣ ਹੈਗਾ 1 ਫ फेब्रुवारी ਦਾ ਜੋ ਕਿ ਬਿਲਕੁਲ ਰੀਸੈਂਟ ਆ ਪਿਛਲੇ ਹਫਤੇ ਦਾ ਲਾ ਲਓ ਠੀਕ ਹੈ ਜੀ ਸੋ ਇਹਦੇ ਚ ਜੇ ਆਪਾਂ ਓਵਰਆਲ ਦੇਖੀਏ ਤਾਂ 1.8 ਸੀ 18 ਲੱਖ ਫਾਈਲ ਪਈ ਸੀ ਤੇ ਅੱਜ ਦੀ ਘੜੀ ਵੀ 18 ਲੱਖ ਫਾਈਲ ਹੀ ਪਈ ਆ ਸੋ ਓਵਰਆਲ ਤਾਂ ਉਸ ਤਰੀਕੇ ਤਾਂ ਨਹੀਂ ਕੋਈ ਪਿਆ ਫਰਕ ਬਟ ਕਿਉਂਕਿ ਉਹਦੇ ਚ ਫਾਈਲਾਂ ਹੋਰ ਜਮ੍ਹਾਂ ਹੁੰਦੀਆਂ ਰਹਿੰਦੀਆਂ ਨੇ ਨਾਲ-ਨਾਲ ਜਿਵੇਂ ਜਿਵੇਂ ਉਹ ਚੱਲ ਰਿਹਾ ਸਾਰਾ ਕੁਝ ਬਟ ਇਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਇਹ ਜਿਹੜੇ ਅੰਕੜੇ ਆਪਣੇ ਸਾਹਮਣੇ ਵੀ ਨੇ ਜਿਵੇਂ ਆਪਾਂ ਦੇਖਦੇ ਆਂ ਜਿਹੜਾ ਇਕਨੋਮਿਕ ਕਲਾਸ ਆ ਹੁਣ ਇਕਨੋਮਿਕ ਕਲਾਸ ਚ ਕੀ ਆ ਜਾਂਦਾ ਕਿ ਜਿਹੜਾ ਵੀ ਐਫ ਐਸ ਡਬਲਯੂ ਐਸ ਈ ਸੀ ਆ ਉਹ ਸਾਰੀਆਂ ਜਿਹੜੀਆਂ ਫਾਈਲਾਂ ਨੇ ਉਹ ਮਤਲਬ 15 ਦਸੰਬਰ ਨੂੰ ਜਿੰਨੀਆਂ ਸੀ ਉਹਨਾਂ ਤੋਂ ਇਹਨਾਂ ਨੇ ਆਲਮੋਸਟ 25000 ਫਾਈਲ ਆ ਜਿਹੜੀ ਹੁਣ ਤੱਕ ਇਹਨਾਂ ਜੇ ਆਪਾਂ ਲਈਏ ਵੀ ਆਲਮੋਸਟ 2 ਮਹੀਨਿਆਂ ਦੇ ਵਿੱਚ ਉਹ ਕਰ ਦਿੱਤੀ ਆ ਸੋ 25000 ਉਹ ਫਾਈਲ ਕੀਤੀ ਆ ਜਿਹੜੀ ਫੈਮਿਲੀ ਕਲਾਸ ਆ ਜਿਹਦੇ ਵਿੱਚ ਸਪਾਊਸਲ ਵਾਲੇ ਆ ਜਾਂਦੇ ਆ ਜਾਂ ਪੇਰੈਂਟ ਗ੍ਰੈਂਡਪੇਰੈਂਟ ਆ ਜਾਂਦੇ ਆ ਤੇ 9000 ਫਾਈਲ ਉਹਨਾਂ ਦੀ ਕੀਤੀ ਆ ਹ ਐਚ ਐਂਡ ਸੀ ਵਾਲੇ 883 ਕੀਤੇ ਆ ਤੇ 올 ਇਨ 올 ਮਤਲਬ 29000 ਫਾਈਲ ਇਹਨਾਂ ਨੇ ਟੋਟਲ ਜੇ ਆਪਾਂ ਦੇਖੀਏ ਸਾਰੇ ਪੀ ਆਰ ਵਾਲੇ ਦੇ ਕੇਸ ਦੇ ਵਿੱਚ 29165 ਟੋਟਲ ਇਹਨਾਂ ਨੇ ਫਾਈਲਾਂ ਕੱਢੀਆਂ ਨੇ ਸੋ ਇਹ ਕਾਫੀ ਇੰਪਰੂਵਮੈਂਟ ਆ ਜੇ ਆਪਾਂ ਪਰ ਫਾਈਲ ਦਾ ਬੇਸਿਸ ਵੀ ਦੇਖੀਏ ਕਿ ਜਿਹੜੀ ਐਫ ਐਸ ਡਬਲਯੂ ਦੀ ਪਹਿਲੀ ਸਪੀਡ ਸੀ ਉਹ ਸੀ ਕਿ ਇੱਕ ਹਫਤੇ ਦੇ ਵਿੱਚ 150 ਫਾਈਲ ਨਿਕਲ ਰਹੀ ਸੀ ਉਹਨੂੰ ਇਹ 800 ਫਾਈਲ ਤੇ ਲੈ ਕੇ ਗਏ ਆ ਸੋ ਵੱਡੀ ਇੰਪਰੂਵਮੈਂਟ ਆ ਠੀਕ ਹੈ ਜੀ ਇਹ ਇਸ ਇੰਪਰੂਵਮੈਂਟ ਦੇ ਨਾਲ ਬਾਈ ਜੀ ਦੂਜੇ ਜਿਹੜੇ ਬੈਕਲੌਗ ਵਾਲੀ ਐਪਲੀਕੈਂਟ ਹੈਗੇ ਆ ਸੋ ਉਹਨਾਂ ਦੇ ਵਿੱਚ ਕੋਈ ਫਰਕ ਪੈ ਸਕਦਾ ਉਹਨਾਂ ਤੇ ਪਊਗਾ ਜੀ ਬਟ ਇਮੀਡੀਏਟ ਨਹੀਂ ਪਊਗਾ ਕਿਉਂਕਿ ਮੈਂ ਪਹਿਲਾਂ ਵੀ ਇਹ ਆਪਾਂ ਤਿੰਨ ਚਾਰ ਵਾਰੀ ਗੱਲ ਕਰ ਚੁੱਕਾ ਮੈਂ ਹਰ ਇੱਕ ਵਾਰੀ ਇਹੀ ਕਹਿਣਾ ਹੁੰਦਾ ਕਿ ਇਹਨਾਂ ਦੇ ਫੋਕਸ ਕਹਿ ਲਓ ਕਿ ਇੱਕ ਤਰ੍ਹਾਂ ਗਰੁੱਪ ਹੁੰਦੇ ਆ ਸੋ ਪੀਆਰ ਇਹਨਾਂ ਦਾ ਵੱਡਾ ਫੋਕਸ ਹੈ ਇਸ ਟਾਈਮ ਦੇ ਉੱਪਰ ਉਹ ਤੋਂ ਬਾਅਦ ਜਿਹੜੇ ਫੈਮਿਲੀ ਕਲਾਸ ਵਾਲੇ ਟੀਆਰ ਆਉਣਗੇ ਜਿਨ੍ਹਾਂ 'ਚ ਸੁਪਰ ਵੀਜ਼ੇ ਆਗੇ ਜਿਨ੍ਹਾਂ 'ਚ ਇਮੀਡੀਏਟ ਫੈਮਿਲੀ ਦੇ ਵਿਜ਼ਟਰ ਵੀਜ਼ੇ ਵੀ ਆਗੇ ਉਹ ਆਉਣਗੇ ਜਾਂ ਜਿਹੜੇ ਐਸੈਂਸ਼ੀਅਲ ਵਾਲੇ ਵਰਕ ਪਰਮਿਟ ਨੇ ਐਲਐਮਆਈਏ ਬੇਸਡ ਵਰਕ ਪਰਮਿਟ ਨੇ ਉਹ ਕੁਝ ਆਉਣਗੇ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਆ ਉਹ ਹਮੇਸ਼ਾ ਦੀ ਤਰ੍ਹਾਂ ਲੀਸਟ ਪ੍ਰਾਇੋਰਟੀ ਆ ਤੇ ਪਹੁੰਚੂਗੀ ਗੱਲ ਉੱਥੇ ਤੱਕ ਪਰ ਉਹ ਉਹੀ ਮੈਂ ਜਿਵੇਂ ਕਹਿਣਾ ਵੀ ਅਗਲੇ 4-5 ਕ ਮਹੀਨੇ ਆਪਾਂ ਨੂੰ ਥੋੜੀ ਜੀ ਵੇਟ ਕਰਨੀ ਪੈਣੀ ਆ ਵੀ ਚੌਥੇ ਪੰਜਵੇਂ ਮਹੀਨੇ ਜਾ ਕੇ ਆਪਾਂ ਨੂੰ ਉਹ ਫਾਈਲਾਂ ਭਜਦੀਆਂ ਦਿਖਣਗੀਆਂ ਹਾਂ ਇਹ ਆ ਕਿ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਤੇਜ਼ ਵੀ ਹੋ ਜਾਣਗੇ ਅਗਲੇ 2-3 ਮਹੀਨਿਆਂ ਦੇ ਵਿੱਚ ਬਟ 5 ਤੋਂ 6 ਮਹੀਨੇ ਲੱਗਣੇ ਆ ਜਦੋਂ ਉਹ ਬਿਲਕੁਲ ਵੀ ਪਹਿਲਾਂ ਵਾਂਗੂ ਵੀ ਹਾਂ ਹੁਣ ਡਿੱਗ ਰਹੇ ਆ ਰਿਜ਼ਲਟ ਠੀਕ ਹੈ ਜੀ ਠੀਕ ਹੈ ਬਟ ਆਪਾਂ ਇਹ ਗੱਲ ਮੰਨ ਸਕਦੇ ਹਾਂ ਕਿ ਜਿਹੜੇ ਪਰਮਨੈਂਟ ਰੈਜ਼ਿਡੈਂਸੀ ਵਾਲੇ ਐਪਲੀਕੈਂਟ ਆ ਉਹਨਾਂ ਦੇ ਲਈ ਸੁਨਹਿਰੀ ਗੱਲਬਾਤ ਸੁਨਹਿਰਾ ਟਾਈਮ ਆਉਂਦਾ ਨਜ਼ਰ ਆ ਰਿਹਾ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਜੇ ਆਪਾਂ ਫੈਡਰਲ ਸਕਿਲਡ ਵਰਕਰ ਦੀ ਗੱਲ ਕਰੀਏ ਮੇਰੇ ਕੋ ਕਾਫੀ ਫਾਈਲਾਂ ਸੀ ਜਿਹੜੀਆਂ 2020 ਦੇ ਨੇੜੇ ਤੇੜੇ ਦੇ ਵੇਟ ਕਰ ਰਹੇ ਸੀ ਸੋ ਉਹਨਾਂ ਵਾਸਤੇ ਉਹਨਾਂ ਦੇ ਕਈਆਂ ਦੀਆਂ ਮੈਡੀਕਲ ਰਿਕੁਐਸਟ ਆਈਆਂ ਦੁਆਰੇ ਕਈਆਂ ਨੂੰ ਉਹਨਾਂ ਨੇ ਭੇਜ ਤੇ ਅਸੀਓਪੀਆਰ ਸੋ ਉਹਨਾਂ ਦਾ ਕਾਫੀ ਜਿਹੜਾ ਹਰ ਗੱਲ ਵੀ ਉਹਨਾਂ ਨੂੰ ਪ੍ਰਾਇੋਰਟੀ ਤੇ ਹੀ ਕਰ ਰਹੇ ਆ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਨਾਲ ਦੀ ਨਾਲ ਗੱਲ ਕਰਦੇ ਆ ਕਨੇਡੀਅਨ ਐਕਸਪੀਰੀਅੰਸ ਕਲਾਸ ਦੀ ਜੀ ਹਾਂਜੀ ਠੀਕ ਹੈ ਇਹਦੇ ਤੇ ਆਜੋ ਇਹਦੇ ਵਿੱਚ ਕੀ ਬੈਕਲੌਗ ਦੇ ਵਿੱਚ ਇੰਪਰੂਵਮੈਂਟ ਹੋਈ ਆ ਜਾਂ ਬੈਕਲੌਗ ਘਟਾਇਆ ਗਿਆ ਉਹ ਤੁਹਾਡੇ ਸਾਹਮਣੇ ਆ ਸੋ ਉਹਦੇ ਤੇ ਚਾਨਣਾ ਪਾ ਦਿਓ ਥੋੜਾ ਜਿਹਾ ਜੀ ਸੋ ਕਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਜੀ ਜੇ ਆਪਾਂ ਦੇਖੀਏ ਤਾਂ ਮਤਲਬ ਆਲਮੋਸਟ 95 100 ਫਾਈਲ ਜਿਹੜੀ ਇਹਨਾਂ ਨੇ ਕੀਤੀ ਆ ਕੱਢੀ ਆ ਸੋ ਜਿਹੜੀ ਇਹੀ ਹੈ ਇਹਦਾ ਮਤਲਬ ਇਹੀ ਮਤਲਬ ਜਿਹੜਾ ਹੁਣ ਸੀਸੀ ਦਾ ਰਿਜ਼ਲਟ ਨਹੀਂ ਆਇਆ ਸੋ ਇਹੇ ਸਪੀਡ ਹੈ ਜਿਹੜੀ ਹਾਲਾਂਕਿ ਫੇਰ ਵੀ ਐਫਐਸਡਬਲਯੂ ਜਿੰਨੀ ਨਹੀਂ ਹੈਗੀ ਬਟ ਸਹੀ ਹੈ ਕਿਉਂਕਿ ਇਹਨਾਂ ਕੋਲੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਇਨਵੈਂਟਰੀ ਆ ਜਿਹੜੀ ਉਹ ਆਲਰੇਡੀ ਖਤਮ ਹੁੰਦੀ ਜਾ ਰਹੀ ਹੈ ਇਹ ਹੀ ਲਾਸਟ ਫਾਈਲ ਆ ਜਿਹੜੀ ਉਹਨਾਂ ਕੋਲੇ ਪਈਆਂ ਨੇ ਬਸ ਇੰਨੀਆਂ ਕੀ ਰਹਿ ਗਈਆਂ ਨੇ ਇਹ ਤੋਂ ਅੱਗੇ ਡਰਾ ਨਹੀਂ ਹੈਗਾ ਸੋ ਇਹ ਫਾਈਲਾਂ ਜੇ ਉਹ 2 ਮਹੀਨਿਆਂ ਦੇ ਵਿੱਚ 95 ਕੱਢ ਸਕਦੇ ਆ ਤਾਂ ਆਪਾਂ ਮੰਨ ਸਕਦੇ ਆ ਕਿ 15000 ਰੁਪਏ ਆ ਅਗਲੇ ਦੋਵਾਂ ਮਹੀਨਿਆਂ ਦੇ ਵਿੱਚ ਇਹਨਾਂ ਨੇ ਸੀਸੀ ਖਤਮ ਕਰ ਦੇਣਾ ਸੋ ਇਹ ਇੱਕ ਵਧੀਆ ਖਬਰ ਆ ਕਿਉਂਕਿ ਜੇ ਪਿਛਲੀ ਸੀਸੀ ਦੀ ਇਨਵੈਂਟਰੀ ਖਤਮ ਹੁੰਦੀ ਆ ਤਾਂ ਨਵਾਂ ਡਰਾ ਆਊਗਾ ਠੀਕ ਹੈ ਜੀ ਠੀਕ ਹੈ ਤੇ ਕੇਅਰਗੇਵਰ ਜਿਹੜੇ ਪ੍ਰੋਗਰਾਮ ਆਉਂਦੇ ਆ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਬਾਈ ਜੀ ਉਹ ਜੁੜ ਗਏ ਐ ਦੇ ਵਿੱਚ ਤੇ ਇਹਦਾ ਕੀ ਮਸਲਾ ਪੈ ਗਿਆ ਸੋ ਕੇਅਰਗੇਵਰ ਦੇ ਦੋ ਫੈਕਟਰ ਆ ਜੀ ਇਹਦੇ ਚ ਕਿਉਂਕਿ ਜਿਹੜਾ ਕੇਅਰਗੇਵਰ ਪ੍ਰੋਗਰਾਮ ਹੈ ਉਹੋ ਜੇ ਆਪਾਂ ਬੇਸਿਕਲੀ ਦੇਖੀਏ ਉਹਦੇ ਚ ਦੋ ਪ੍ਰੋਗਰਾਮ ਨੇ ਇੱਕ ਤਾਂ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਜਿਹਦੇ ਚ ਹੁਣ ਫਾਈਲਾਂ ਲੱਗਦੀਆਂ ਨੇ ਜਿਹਦੀ ਆਪਣੇ ਕੋਲੇ ਹਰ ਸਾਲ ਇਨਵੈਂਟਰੀ ਆਉਂਦੀ ਹੈ ਕਿ ਫਾਈਲਾਂ ਖੁੱਲ ਗਈਆਂ ਫਾਈਲਾਂ ਬੰਦ ਹੋ ਗਈਆਂ ਇੱਕ ਉਹ ਤੋਂ ਪੁਰਾਣਾ ਪ੍ਰੋਗਰਾਮ ਹੈ ਜਿਹੜਾ ਚੱਲ ਰਿਹਾ ਸੋ ਪੁਰਾਣੇ ਪ੍ਰੋਗਰਾਮ ਦੀਆਂ ਕਾਫੀ ਫਾਈਲਾਂ ਨੇ ਜੀ ਜਿਹੜੀਆਂ ਆਲਰੇਡੀ ਪਈਆਂ ਸੀ ਉਹ ਤੋਂ ਬਾਅਦ ਇਹਨਾਂ ਨੇ ਫਾਈਲਾਂ ਖੋਲੀਆਂ ਜਨਵਰੀ ਦੇ ਵਿੱਚ ਤੇ ਉਹੀ ਐਡਿਡ ਫਾਈਲਾਂ ਆਪਾਂ ਨੂੰ ਇੱਥੇ ਦਿਖ ਰਹੀਆਂ 3546 ਫਾਈਲਾਂ ਜਿਹੜੀਆਂ ਐਡ ਹੋਈਆਂ ਨੇ ਉਹ ਸਾਰੇ ਦਾ ਸਾਰਾ ਉਥੋਂ ਡਾਟਾ ਆਇਆ ਸੋ ਬੇਸਿਕਲੀ ਇਹਨਾਂ ਨੇ ਕੇਅਰ ਗੀਵਰ ਤੇ ਅਜੇ ਤੱਕ ਕੋਈ ਵੀ ਕੰਮ ਨਹੀਂ ਕੀਤਾ ਖਾਸ ਤੌਰ ਤੇ ਇਹ ਉਹਨਾਂ ਦਾ ਆ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅੰਡਰ ਜਿਨ੍ਹਾਂ ਨੇ ਫਾਈਲਾਂ ਲਾਈਆਂ ਸੀ ਆ ਸੋ ਉਹਨਾਂ ਵਾਸਤੇ ਆ ਤੇ ਭਾਈ ਜੀ ਅਗਲਾ ਜਾਨੀ ਕਿ ਆ ਜਾਂਦੇ ਆ ਐਫ ਸੀ ਐਚ ਫੈਮਿਲੀ ਰਿਲੇਸ਼ਨ ਕਲਾਸ ਜਿਹੜੀ ਹੁੰਦੀ ਆ ਠੀਕ ਆ ਤੇ ਪੈਰੈਂਟਸ ਐਂਡ ਗ੍ਰਾਂਡਪੈਰੈਂਟਸ ਆ ਜਾਂਦੇ ਆ ਸਪਾਊਸਲ ਪਾਰਟਨਰ ਚਿਲड्रन ਐਂਡ ਅਦਰ ਫੈਮਿਲੀ ਵਾਲੇ ਆ ਜਾਂਦੇ ਆ ਹਾਂਜੀ ਭਾਈ ਜੀ ਇੱਥੇ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਿਸਲੀਡ ਕੀਤਾ ਗਿਆ ਮੈਂ ਪਿਛਲੇ ਕੁਝ ਵੀਡੀਓਜ਼ ਦੇ ਵਿੱਚ ਦੇਖਿਆ ਕੁਝ ਲੋਕਾਂ ਲੋ ਕਿ ਜਿਹੜੇ ਆ ਸਪਾਊਸ ਪਾਰਟਨਰ ਐਂਡ ਅਦਰ ਫੈਮਿਲੀ ਆਉਂਦੇ ਆ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਆ ਇਹ ਇਹਦੇ ਵਿੱਚ ਆਉਂਦੇ ਆ ਸੋ ਇਹ ਤਿੰਨੇ ਜਿਹੜੀਆਂ ਕੈਟਾਗਰੀਜ਼ ਐ ਪਰਮਨੈਂਟ ਰੈਜ਼ਿਡੈਂਸੀ ਦੇ ਅੰਡਰ ਆਉਂਦੀਆਂ ਜਾਂ ਇਹਨਾਂ ਦਾ ਕੀ ਹਿਸਾਬ ਕਿਤਾਬਾ ਮੜਾ ਜਾਂ ਉਹਦੇ ਬੈਕਲੌਗ ਬਾਰੇ ਵੀ ਆਪਾਂ ਗੱਲ ਕਰ ਲਈ ਜੀ ਬਿਲਕੁਲ ਸੋ ਜਦੋਂ ਆਪਾਂ ਇਹਦੀ ਗੱਲ ਕਰਦੇ ਆਂ ਜੀ ਇਹ ਬੇਸਿਕਲੀ ਸਾਰੀ ਹੈਗੀ ਫੈਮਿਲੀ ਕਲਾਸ ਇਮੀਗ੍ਰੇਸ਼ਨ ਜਿਹੜੀ ਆਪਾਂ ਉੱਪਰ ਬਾਕੀ ਸਾਰੀਆਂ ਦੇਖ ਕੇ ਆਏ ਆ ਉਹ ਸੀ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਸੋ ਫੈਮਿਲੀ ਕਲਾਸ ਦੇ ਵਿੱਚ ਇਹ ਤਿੰਨ ਕੈਟਾਗਰੀਜ਼ ਮੇਨਲੀ ਜਿਹੜੀਆਂ ਆਉਂਦੀਆਂ ਨੇ ਜੀ ਸੋ ਇਹ ਸਿਰਫ ਪਰਮਨੈਂਟ ਰੈਜ਼ਿਡੈਂਸੀ ਵਾਲੀਆਂ ਕੈਟਾਗਰੀਜ਼ ਨੇ ਇਹਦੇ ਵਿੱਚ ਕੋਈ ਆਪਣੇ ਸਪਾਊਸਲ ਓਪਨ ਵਰਕ ਪਰਮਿਟ ਦਾ ਜਿਹੜਾ ਥੋੜਾ ਜਿਹਾ 10-20 ਦਿਨਾਂ ਵੀ ਜਿਹੜਾ ਐਚ ਐਂਡ ਸੀ ਆ ਉਹ ਬੇਸਿਕਲੀ ਹੈਗਾ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਬੇਸਿਸ ਤੇ ਉਹ ਕੋਈ ਇੱਥੇ ਆਇਆ ਉਹਨਾਂ ਦਾ ਬਜ਼ੁਰਗ ਹੈ ਮਾਪੇ ਆਪਾਂ ਉਹਦੀ ਫਾਈਲ ਲਾਤੀ ਕਿ ਹਾਂਜੀ ਉਹ ਉੱਥੇ ਇਕੱਲਾ ਰਹਿ ਨਹੀਂ ਸਕਦਾ ਉਹਦੇ ਫੈਕਟਰ ਬਣਦੇ ਆ ਜਾਂ ਕੋਈ ਐਸਾ ਬੱਚਾ ਹੈ ਪਰਿਵਾਰ ਦੇ ਵਿੱਚ ਜੋ ਇੰਡੀਆ ਚ ਇਕੱਲਾ ਰਹਿ ਗਿਆ ਉੱਥੇ ਮਾਪੇ ਹੈ ਨਹੀਂ ਆਪਾਂ ਉਹਨਾਂ ਦੀ ਫਾਈਲ ਇਹੋ ਜਿਹੇ ਤਰੀਕੇ ਚ ਲਾ ਸਕਦੇ ਹੁੰਦੇ ਆ ਸੋ ਇਹਦੀਆਂ ਫਾਈਲਾਂ ਵੀ ਥੋੜੀਆਂ ਹੀ ਹੁੰਦੀਆਂ ਨੇ ਤੇ ਉਹਨੇ ਕਿਨਾਂ ਦੇ ਰਿਜ਼ਲਟ ਆਇਆ ਪੇਰੈਂਟ ਗ੍ਰੈਂਡਪੇਰੈਂਟ ਦੇ ਬਿਲਕੁਲ ਵਧਣੇ ਹੀ ਸੀ ਕਿਉ ਦੋ ਪ੍ਰੋਗਰਾਮ ਇਕੱਠੇ ਹੋ ਗਏ ਸੀ ਪਿਛਲੀ ਵਾਰੀ ਇਹਨਾਂ ਨੇ ਨਵੀਆਂ ਉਹ ਲਈਆਂ ਨੇ ਤੇ ਉਹਨਾਂ ਦੇ ਵਿੱਚੋਂ ਕਾਫੀਆਂ ਦੇ ਰਿਜ਼ਲਟ ਆ ਜਿਹੜੇ ਆਉਣ ਲੱਗੇ ਸੋ 7000 ਰਿਜ਼ਲਟ ਆਪਾਂ ਨੂੰ ਦਿਖ ਰਿਹਾ ਤੇ ਜਿਹੜਾ ਸਪਾਊਸ ਪਾਰਟਨਰ ਵਾਲਾ ਇਹ ਬੇਸਿਕਲੀ ਹੈਗਾ ਜੀ ਜਿੱਥੇ ਨਵੇਂ ਵਿਆਹ ਕਰਾ ਕੇ ਆਈਪੀਆਰ ਆਪਣੇ ਜਿਹੜੇ ਸਪਾਊਸਸ ਨੂੰ ਸਪான்ਸਰ ਕਰਦੇ ਨੇ ਸੋ ਉਹਨਾਂ ਦੇ ਵਿੱਚ ਇਨਵੈਂਟਰੀ ਕਾਫੀ ਪਈ ਆ ਬਟ ਉਹਨਾਂ ਦੀ ਸਪੀਡ ਆ ਜਿਹੜੀ ਉਹਨਾਂ ਨੇ ਨਵੀਆਂ ਫਾਈਲਾਂ ਦੀ ਥੋੜੀ ਜਿਹੀ ਵਧਿਆ ਕੀਤੀ ਆ ਉਹ ਪਹਿਲਾਂ 1 ਸਾਲ ਤੋਂ ਉੱਪਰ ਟੱਪ ਗਿਆ ਸੀ ਤੇ ਹੁਣ ਉਹ ਆਲਮੋਸਟ ਮਤਲਬ 1 ਸਾਲ ਦੇ ਨੇੜੇ ਤੇੜੇ ਆਉਣ ਵਾਲੇ ਹੋ ਗਏ ਆ ਕਾਫੀ ਫਾਈਲਾਂ ਆ ਰਹੀਆਂ ਨੇ ਉਹਦੇ ਵਿੱਚ ਜਾਨੀ ਕਿ ਬਾਈ ਜੀ ਆਪਾਂ ਇਹ ਮੰਨ ਸਕਦੇ ਕਿ ਫੈਮਿਲੀ ਕਲਾਸ ਵਾਲੇ ਜਿਹੜੇ ਹੈਗੇ ਆ ਉਹ ਹਜੇ ਗੁੱਡ ਚੱਲ ਰਹੇ ਆ ਵਧੀਆ ਗੱਲਬਾਤ ਆ ਕਿਤੇ ਨਾ ਕਿਤੇ ਵੀ ਉਹ ਖੜਾ ਚਲਾਈ ਖੜੇ ਆਪਦਾ ਵੀ ਬੈਕਲੌਗ ਜਿਹੜਾ ਉਹਨਾਂ ਦਾ ਘਟਦਾ ਨਜ਼ਰ ਆ ਰਿਹਾ ਤੇ ਪੀਆਰ ਵਾਲੇ ਜਿਹੜੇ ਐਪਲੀਕੈਂਟ ਆ ਉਹਨਾਂ ਦੀ ਚੰਗੀ ਖਬਰ ਆਪਾਂ ਮੰਨ ਸਕਦੇ ਆ ਬਿਲਕੁਲ ਬਿਲਕੁਲ ਜੀ ਤੇ ਇਹਨਾਂ ਦੇ ਉੱਪਰ ਜਿਵੇਂ ਮੈਂ ਕਿਹਾ ਵੀ ਇਹ ਫੋਕਸ ਗਰੁੱਪ ਦੇ ਵਿੱਚ ਜਿਵੇਂ ਇਕਨੋਮਿਕ ਕਲਾਸ ਤੋਂ ਬਾਅਦ ਇਹੀ ਆਉਂਦੇ ਨੇ ਸੋ ਜਦ ਇਕਨੋਮਿਕ ਕਲਾਸ ਇੱਕ ਪਾਸੇ ਲੱਗ ਗਈ ਤਾਂ ਇਹਨਾਂ ਨੂੰ ਹੀ ਚੱਕਿਆ ਜਾਣਾ ਸੋ ਇਹਨਾਂ ਵਾਸਤੇ ਤਾਂ ਕਾਫੀ ਖੁਸ਼ੀ ਦੀ ਖਬਰ ਆ ਵੀ ਅਗਲੇ 2-3 ਮਹੀਨਿਆਂ ਦੇ ਵਿੱਚ ਆਪਾਂ ਇਸ ਕਲਾਸ ਦੇ ਵਿੱਚ ਕਾਫੀ ਇੰਪਰੂਵਮੈਂਟ ਦੇਖਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਅਗਲੀ ਗੱਲ ਕਰ ਲਈਏ ਸਟੱਡੀ ਪਰਮਿਟ ਵਾਲੇ ਆ ਗਏ ਜੀ ਵਰਕ ਪਰਮਿਟ ਵਾਲੇ ਆ ਗਏ ਸਪਾਊਸ ਅੱਗੇ ਠੀਕ ਹੈ ਵਿਸਟਰ ਰਿਕਾਰਡ ਵਾਲੇ ਆਗੇ ਟੈਂਪਰੇਰੀ ਰੈਜ਼ਿਡੈਂਸ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਸੋ ਉਹਨਾਂ ਦੇ ਬੈਕਲੌਗ ਬਾਰੇ ਗੱਲ ਕਰਦੇ ਆਂ ਭਾਈ ਜੀ ਸ਼ੁਰੂ ਕਰੋ ਕਿ ਸਟੂਡੈਂਟਸ ਦੇ ਲਈ ਚਲੋ ਚੰਗੀ ਖਬਰ ਹੈਗੀ ਆ ਵੀ ਠੀਕ ਹੈ 9621 ਫਾਈਲਾਂ ਉਹਨਾਂ ਨੇ ਕਲੀਅਰ ਕੀਤੀਆਂ ਲਗਭਗ 10000 ਦੇ ਫਾਈਲਾਂ ਉਹਨਾਂ ਨੇ ਕਲੀਅਰ ਕਰਤੀਆਂ ਵੀ ਸਟੂਡੈਂਟ ਵੀਜ਼ਾ ਆਊਗਾ ਠੀਕ ਹੈ ਤੇ ਜਿਹੜੀਆਂ ਸਟੱਡੀ ਪਰਮਿਟ ਆ ਉਹ ਤਾਂ ਮੇਰੇ ਹਿਸਾਬ ਨਾਲ ਇਨਲੈਂਡ ਹੋਣਗੀਆਂ ਹੀ ਹੋਣੀਆਂ ਉਹਨਾਂ ਦਾ ਤਾਂ ਕੋਈ ਮੇਰੇ ਹਿਸਾਬ ਨਾਲ ਕੋਈ ਇੰਡੀਆ ਵਾਲਿਆਂ ਨੂੰ ਬਾਤ ਆ ਫਰਕ ਨਹੀਂ ਪੈਂਦਾ ਜਾਂ ਕੁਝ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਤਾਂ ਜਿਹੜੀਆਂ ਐਕਸਟੈਂਸ਼ਨ ਵਾਲੀਆਂ ਹਾਂਜੀ ਉਹਨਾਂ ਦਾ ਐਕਸਟੈਂਸ਼ਨ ਵਾਲੇ ਦਾ ਇਹਦਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਇਹਦਾ ਵਧਣ ਦਾ ਕਾਰਨ ਕੀ ਹੈ ਕਿ ਉਹ ਬੇਸਿਕਲੀ ਆ ਰਹੀਆਂ ਨੇ ਬਟ ਉਹਨਾਂ ਦਾ ਟਾਈਮ ਇਹਨਾਂ ਨੇ ਲੰਬਾ ਕਰਤਾ ਜਿਹੜੇ ਹੁਣ ਸਟੱਡੀ ਪਰਮਿਟ ਤੇ ਐਕਸਟੈਂਸ਼ਨਸ ਨੇ ਉਹ ਆਲਮੋਸਟ ਲਾ ਲੋ ਵੀ ਜਾ ਕੇ ਕਹ ਲੋ ਵੀ ਮਹੀਨੇ ਦੇ ਵਿੱਚ ਆ ਰਹੇ ਆ ਸੋ ਇਹ ਇਹ ਇੱਥੇ ਇਹਨੂੰ ਨਾ ਇਹ ਡਾਟੇ ਨੂੰ ਆਪਾਂ ਇਸ ਤਰ੍ਹਾਂ ਐਨਲਾਈਜ਼ ਕਰੀਏ ਵੀ ਕਈ ਜਿਹੜੀਆਂ ਸਟਰੀਮਸ ਨੇ ਉਹਨਾਂ ਚ ਫਾਈਲ ਲੱਗਦੀ ਬਹੁਤ ਇਹ ਆਪਾਂ ਨੂੰ ਸਿਰਫ ਇਹ ਨਾ ਦੇਖੀਏ ਕਿ 1928 ਵੱਧ ਗਈ ਹੁਣ ਜੇ ਆਪਾਂ ਏਸ ਸਟ੍ਰੀਮ ਦੀ ਗੱਲ ਕਰੀਏ ਸਟੱਡੀ ਪਰਮਿਟ ਐਕਸਟੈਂਸ਼ਨ ਦੀ ਤਾਂ ਸਟੱਡੀ ਪਰਮਿਟ ਐਕਸਟੈਂਸ਼ਨ ਐਕਚੁਅਲੀ ਏਸ ਟਾਈਮ ਦੇ ਉੱਪਰ ਬਹੁਤ ਲੱਗੇ ਨੇ ਲੱਗਣ ਦੇ ਕਾਰਨ ਕੀ ਸੀ ਕਿ ਕੋਵਿਡ ਕਰਕੇ ਨਾਰਮਲ ਟਾਈਮਸ 'ਚ ਪੜਾਈਆਂ ਪੂਰੀਆਂ ਨਹੀਂ ਹੋਈਆਂ ਕਈਆਂ ਦੇ ਜਿਹੜੇ ਸਟੱਡੀ ਪਰਮਿਟ ਸੀ ਉਹ ਬੇਸਿਕਲੀ ਇਸ ਤਰੀਕੇ ਈਸ਼ੂ ਹੋਏ ਕਿ ਉਸੇ ਦਿਨ ਉਹਨਾਂ ਦੀ ਸਟੱਡੀ ਖਤਮ ਹੋ ਰਹੀ ਸੀ ਉਸੇ ਦਿਨ ਉਹਨਾਂ ਦਾ ਸਟੱਡੀ ਪਰਮਿਟ ਮੁੱਕ ਰਿਹਾ ਸੀ ਸੋ ਉਹਨਾਂ ਨੇ ਐਕਸਟੈਂਸ਼ਨ ਲਾਤੀ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਵਾਸਤੇ ਵੇਟ ਕਰਨੀ ਆ ਤਾਂ ਆਪਾਂ ਐਕਸਟੈਂਸ਼ਨ ਕਰਾ ਲਈਏ ਸੋ ਬੇਸਿਕਲੀ ਇਹਦੇ ਚ ਉਹਨਾਂ ਨੇ ਵੈਸੇ 24000 ਫਾਈਲ ਸੀ ਉਹਦੀ 26 ਹੋਈ ਆ ਬਟ ਇਹਦੇ ਨਾਲ ਨਾਲ ਜੇ ਆਪਾਂ ਇੱਕ ਹੋਰ ਡਾਟਾ ਸ਼ੀਟ ਦੇਖੀਏ ਕਿ ਉਹਨਾਂ ਨੇ ਇਹਦੇ ਚੋਂ ਕੱਢੀ ਕਿੰਨੀ ਆ ਉਹ ਵੀ ਕਾਫੀ ਹੋਣੀ ਆ ਕਿਉਂਕਿ ਇਹਦਾ ਟਾਈਮ ਲਾਈਨ ਜਿਹੜਾ ਮੈਂ ਕਹਿਣਾ ਵੀ ਹੁਣ ਆਲਮੋਸਟ 30 ਤੋਂ 45 ਦਿਨ ਤੇ ਆ ਗਿਆ ਮਤਲਬ ਇਹਦੇ ਵਿੱਚ ਵਿੱਚ ਆ ਰਹੀਆਂ ਫਾਈਲਾਂ ਹੈ ਐਕਸਟੈਂਸ਼ਨ ਵਾਲੀਆਂ ਤੇ ਇਹਨਾਂ ਦਾ ਇੰਡੀਆ ਵਾਲੀ ਫਾਈਲ ਤੇ ਬੇਸਿਕਲੀ ਕੋਈ ਵੀ ਫਰਕ ਪੈਂਦਾ ਨਹੀਂ ਹੈਗਾ ਤੇ ਬਈ ਇਸ ਸਟੱਡੀ ਪਰਮਿਟ ਨੂੰ ਕਿਦਾਂ ਦੇਖਦੇ ਹੋ ਜਨਵਰੀ ਇਨਟੇਕ ਦੇ ਵਿੱਚ ਇਹਨਾਂ ਨੇ ਕਹਿਤਾ ਸੀ ਵੀ ਅਸੀਂ ਭਾਈ ਵੀਜ਼ਾ ਨਹੀਂ ਦੇ ਸਕਦੇ ਮਈ ਇਨਟੇਕ ਵੀ ਹੁਣ ਤੁਹਾਨੂੰ ਪਤਾ ਪ੍ਰੋਗਰੈਸ ਦੇ ਵਿੱਚ ਹੈਗਾ ਤੇ ਗਾ ਸਤੰਬਰ ਇਨਟੇਕ ਵੀ ਹੈਗਾ ਤਾਂ ਤੁਸੀਂ ਉਸ ਚੀਜ਼ ਨੂੰ ਕਿਦਾਂ ਦੇਖਦੇ ਹੋ ਜੇ ਬੈਕਲੌਗ ਥੋੜਾ ਥੋੜਾ ਜਾਂ ਇਦਾਂ ਘਟਦਾ ਰਿਹਾ ਤਾਂ ਖਾਸ ਤੌਰ ਤੇ ਸਟੂਡੈਂਟ ਵੀਜ਼ਾ ਵਾਲੇ ਜਿਹੜੇ ਐਪਲੀਕੈਂਟ ਉਹਨਾਂ ਲਈ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੇਂਜਸ ਹੋ ਸਕਦੇ ਆ ਵੀਜ਼ਾ ਜਿਹੜਾ ਅਪਰੂਵਲ ਜਾਂ ਦੇ ਹੁੰਦੇ ਵੀ ਰਿਫਿਊਜ਼ਲ ਉਹ ਇੱਕ ਅਲੱਗ ਗੱਲ ਬਟ ਰਿਜ਼ਲਟ ਡੈਫੀਨਟਲੀ ਆਉਣਗੇ ਇਹ ਗੱਲ ਤੁਸੀਂ ਮੰਨਦੇ ਹੋ ਜਾਂ ਇਹਦੇ ਤੇ ਕੀ ਓਪੀਨੀਅਨ ਆ ਤੁਹਾਡਾ ਸੋ ਸਟੱਡੀ ਪਰਮਿਟ ਦੀ ਫੇਰ ਆਪਾਂ ਦੁਆਰੇ ਜਿੱਥੇ ਗੱਲ ਕਰਦੇ ਆ ਜੀ ਵੀ ਜਿਹੜਾ ਸਟੱਡੀ ਪਰਮਿਟ ਆ ਉਹ ਵੀ ਇੱਕ ਇਹੋ ਜੀ ਸਟ੍ਰੀਮ ਆ ਜਿੱਥੇ ਆਪਾਂ ਦੇਖੀਏ ਵੀ ਇੱਕ ਸੀਜ਼ਨ ਦੇ ਵਿੱਚ ਫਾਈਲ ਲੱਗਦੀ ਕਿੰਨੀ ਆ ਹੂੰ ਹੂੰ ਸੋ ਆਪਾਂ ਉਸ ਤਰੀਕੇ ਨਾਲ ਜੇ ਦੇਖੀਏ ਤਾਂ 10000 ਫਾਈਲ ਘਟਾਉਣਾ ਉਹ ਵਧੀਆ ਨੰਬਰ ਆ ਕਿਉਂਕਿ ਇਹਦੇ ਵਿੱਚ 19 ਫਾਈਲ ਹੀ ਲੱਗੀ ਵੀ ਆ ਤੇ ਉਹਨਾਂ ਨੇ ਉਹਦੇ ਚੋਂ ਰਿਜ਼ਲਟ ਵੀ ਦਿੱਤੇ ਨੇ ਕਿਉਂਕਿ ਹੁਣ ਜੇ ਮੈਂ ਜਨਵਰੀ ਦੀ ਗੱਲ ਕਰਾਂ ਤਾਂ ਅਕਤੂਬਰ ਵਾਲੇ ਜਿਹੜੇ ਰਿਜ਼ਲਟ ਸੀ ਸਾਰੇ ਉਹਨਾਂ ਨੇ ਜਨਵਰੀ ਚ ਦੇਤੇ ਸੋ ਅਕਤੂਬਰ ਨਵੰਬਰ ਦਸੰਬਰ ਤਿੰਨ ਕ ਮਹੀਨਿਆਂ ਦਾ ਜਿਹੜਾ ਸਟੱਡੀ ਪਰਮਿਟ ਦੀ ਇਹਨੇ ਮੇਨਟੇਨ ਕੀਤੀ ਹੋਈ ਆ ਕਾਫੀ ਫਾਈਲਾਂ ਦੀ ਸੋ ਉਹ ਇੱਕ ਵਧੀਆ ਸਪੀਡ ਆ ਸਟੱਡੀ ਪਰਮਿਟ ਵਾਸਤੇ ਮੈਂ ਕਹਾਂ ਕਹਿਣਾ ਸੋ ਸਟੂਡੈਂਟਸ ਵਾਸਤੇ ਸਹੀ ਚੱਲ ਰਿਹਾ ਜੇ ਤਾਂ ਕਿਨਾਂ ਨੇ ਉਹ ਸਪੀਡ ਨੂੰ ਮਤਲਬ ਉਸ ਉਸ ਲੈਵਲ ਤੇ ਰੱਖਿਆ ਹੋਇਆ ਸੋ ਸਟੂਡੈਂਟਸ ਵਾਸਤੇ ਕੋਈ ਬਾੜੀ ਘਭਰਾਉਣ ਦੀ ਲੋੜ ਹੈ ਨਹੀਂ ਤੇ ਉਹਨਾਂ ਦਾ ਇਹ ਹੁੰਦਾ ਕਿ ਉਹਨਾਂ ਦਾ ਦੇਖੋ ਰਿਜ਼ਲਟ ਆ ਹੀ ਜਾਂਦਾ ਹੁੰਦਾ ਇੰਨੇ ਕ ਟਾਈਮ ਦੇ ਵਿੱਚ ਤੇ ਉਹ ਵੈਸੇ ਵੀ ਟੈਂਪਰੇਰੀ ਉਡੀਕ ਰਹੇ ਹੁੰਦੇ ਆ ਕਿ ਹਾਂ ਸਾਨੂੰ ਇੱਕ ਪਾਸਾ ਪਤਾ ਲੱਗੇ ਵੀ ਜਾਂ ਜਾਈਏ ਜਾਂ ਉਹ ਰਿਫਿਊਜ਼ਲ ਦੇਣ ਜਾਂ ਜੋ ਵੀ ਹੁੰਦਾ ਉਹਦੇ 'ਚ ਹਨਾ ਸੋ ਉਹ ਮੈਨੂੰ ਲੱਗਦਾ ਵੀ ਇਹੀ ਇੱਕ ਸਟਰੀਮ ਆ ਜਿਹੜੀ ਆਪਦੇ ਟਾਈਮ ਲਾਈਨ ਜਿਹਦੇ ਉੱਪਰ ਹੁਣ ਚੱਲ ਰਹੀ ਆ ਅਕਤੂਬਰ ਤੋਂ ਬਾਅਦ ਭਾਈ ਜੀ ਅਗਲੀ ਕੈਟਾਗਰੀ ਦੀ ਆਪਾਂ ਗੱਲ ਕਰ ਲਈਏ ਵੀ ਯਾਨੀ ਕਿ ਟੈਂਪਰੇਰੀ ਰੈਜ਼ੀਡੈਂਸ ਪਰਮਿਟ ਇਹ ਕੀ ਹੁੰਦਾ ਜੀ ਸੋ ਜਿਹੜਾ ਟੀ ਆਰ ਪੀ ਹੁੰਦਾ ਸਿਮਰ ਇਹ ਬੇਸਿਕਲੀ ਕੀ ਹੁੰਦਾ ਵੀ ਇਹ ਅੰਦਰੋਂ ਵੀ ਲੱਗਦੇ ਨੇ ਬਾਹਰੋਂ ਵੀ ਲੱਗਦੇ ਨੇ ਟ ਆਰ ਪੀ ਕਿਹੋ ਜੀ ਚੀਜ਼ ਆ ਕਿ ਜੇ ਤੁਹਾਡਾ ਸਟੇਟਸ ਕੈਨੇਡਾ ਦੇ ਵਿੱਚ ਖਤਮ ਹੋ ਗਿਆ ਤਾਂ ਤੁਹਾਡੇ ਕੋਈ ਇੱਕ ਆਪਸ਼ਨ ਹੁੰਦੀ ਆ ਟੀ ਆਰ ਪੀ ਲਾਉਣ ਦੀ ਬਾਹਰੋਂ ਆਪਾਂ ਇੱਥੇ ਵੀ ਦੱਸ ਦਿੰਨੇ ਆ ਵੀ ਜਿਨ੍ਹਾਂ ਤੇ ਬੈਨ ਲੱਗੇ ਹੋਇਆ 5-5 ਸਾਲ ਦੇ ਹੂੰ ਹੂੰ ਸੋ ਬੈਨ ਹਟਾਉਣ ਦਾ ਵੀ ਇੱਕ ਜਿਹੜਾ ਸਿਸਟਮ ਹੁੰਦਾ ਉਹ ਆਪਾਂ ਟੀ ਆਰ ਪੀ ਪਹਿਲਾਂ ਲਾਉਨੇ ਆ ਜੇ ਤੁਸੀਂ ਬੈਨ ਉਹ ਹਟਵਾਉਣਾ ਤਾਂ ਆਪਾਂ ਟੀ ਆਰ ਪੀ ਅਪਰੂਵ ਕਰਾ ਕੇ ਤੇ ਉਹ ਤੋਂ ਬਾਅਦ ਫਿਰ ਆਪਣਾ ਅੱਗੇ ਪ੍ਰੋਸੈਸ ਚੱਲਦਾ ਸੋ ਟੀ ਆਰ ਪੀ ਉਹ ਹੁੰਦੇ ਨੇ ਸੋ so, TRP ਬੇਸਿਕਲੀ ਮੈਂ ਕਹਿਣਾ ਵੀ ਇਹਨਾਂ ਕੋਲੇ ਇਹਦਾ ਡਾਟਾ ਕਾਫੀ ਹੱਦ ਤੱਕ ਇਸ ਕਰਕੇ ਜਾਂ ਤਾਂ ਉਹਨਾਂ ਨੇ ਦਿੱਤਾ ਨਹੀਂ ਜਾਂ ਹੈਗਾ ਨਹੀਂ ਕਿਉਂਕਿ ਇਹ ਕਾਈਂਡ ਆਫ ਕਾਫੀ ਜਿਆਦੇ ਲੰਬੀ ਪ੍ਰੋਸੈਸ ਹੁੰਦੀ ਆ ਆਲਮੋਸਟ ਲਾ ਕੇ ਚੱਲੋ ਵੀ 8 9 10 ਮਹੀਨੇ ਆਮ ਹੀ ਇਹਦੇ ਚ ਲੱਗ ਜਾਂਦੇ ਆ ਈਵਨ ਸਾਲ ਵੀ ਲੱਗ ਜਾਂਦਾ ਕੁਛ ਆਉਂਦੇ ਤੇ ਸੋ ਇਹਦਾ ਐਕੂਰੇਟ ਮੈਨੂੰ ਲੱਗਦਾ ਵੀ ਉਹਨਾਂ ਕੋਲੇ ਇੰਨੇ ਛੋਟੇ ਟਾਈਮ ਦੇ ਵਿੱਚ ਡਾਟੇ ਦਾ ਚੇਂਜ ਮੈਨੂੰ ਲੱਗਦਾ ਵੀ ਉਹਨਾਂ ਕੋਲੇ ਹੈਗਾ ਨਹੀਂ ਸੀ ਕੁਝ ਖਾਸ ਠੀਕ ਹੈ ਜੀ ਅਗਲੀ ਕੈਟਾਗਰੀ ਬਾਈ ਜੀ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਵਾਲੇ ਆ ਗਏ ਇਹਦੇ ਵਿੱਚ ਬਾਈ ਜੀ ਇਹ ਦੱਸੋ ਕਿ ਸਪਾਊਸ ਓਪਨ ਵਰਕ ਪਰਮਿਟ ਵਾਲੇ ਇਹਦੇ ਵਿੱਚ ਆਉਂਦੇ ਆ ਜਾਂ ਵਰਕ ਪਰਮਿਟ ਨਹੀਂ ਜੀ ਉਹ ਆਉਣਗੇ ਵਰਕ ਪਰਮਿਟ ਦੇ ਵਿੱਚ ਸੋ ਜਿਹੜਾ ਟੀਆਰਵੀ ਆ ਜੀ ਟੀਆਰਵੀ ਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ ਅ ਪਹਿਲੀ ਚੀਜ਼ ਇਹਦੇ ਵਿੱਚ ਆਉਂਦੀ ਆ ਬਾਈ ਜੀ ਆ ਆਪਣਾ ਵਿਜ਼ਟਰ ਵੀਜ਼ਾ ਆਮ ਵਿਜ਼ਟਰ ਵੀਜ਼ਾ ਕੋਈ ਵੀ ਬੰਦਾ ਬਿਜ਼ਨਸ ਤੇ ਆ ਰਿਹਾ ਹੈ ਕੋਈ ਵਿਜ਼ਿਟ ਕਰਨ ਆ ਰਿਹਾ ਹੈ ਫੈਮਲੀ ਨੂੰ ਮਿਲਣ ਆ ਰਿਹਾ ਉਹ ਸਾਰੇ ਇਹਦੇ ਚ ਆਉਣਗੇ ਜੋ ਬਾਹਰੋਂ ਲੱਗਦਾ ਫਿਰ ਇਹਦੇ ਚ ਸੁਪਰ ਵੀਜ਼ਾ ਆ ਗਿਆ ਜਿਹੜਾ ਇਥੇ ਪੀਆਰ ਜਾਂ ਸਿਟੀਜ਼ਨ ਨੇ ਆਪਣੇ ਪੇਰੈਂਟਸ ਵਾਸਤੇ ਲਵਾ ਸਕਦੇ ਆ ਤੇ ਨਾਲ ਹੀ ਇਸ ਟੀਆਰਵੀ ਦੇ ਵਿੱਚ ਆ ਗਈਆਂ ਸਾਰੀਆਂ ਜਿਹੜੀਆਂ ਇਨ ਕੈਨੇਡਾ ਆਪਾਂ ਜਿਹਨੂੰ ਕਹਿ ਦਿੰਨੇ ਆ ਵੀ ਫਸਟ ਟਾਈਮ ਪਕਾਉਣੀ ਆ ਓਕੇ ਜੀ ਜਿਹੜੀ ਪਾਸਪੋਰਟ ਤੇ ਸਟੈਂਪ ਮੁੱਕੀ ਪਈ ਆ ਉਹ ਵੀ ਸਾਰੇ ਇਹਦੇ ਵਿੱਚ ਹੀ ਆ ਗਏ ਸੋ ਬੇਸਿਕਲੀ ਇਹ ਕਹੋ ਵੀ ਟੈਂਪਰੇਰੀ ਦੇ ਵਿੱਚ ਇਹ ਸਭ ਤੋਂ ਵੱਡੀ ਕੈਟਾਗਰੀ ਹੁੰਦੀ ਆ ਵੈਸੇ ਵੀ ਤੇ ਉਹ ਆ ਵੀ ਇਹਨਾਂ ਨੇ 35000 ਪਾਸ ਵੀ ਕੀਤੀ ਆ ਤੇ ਇਹ ਲੱਗਦੀ ਵੀ ਬਹੁਤ ਆ ਵੀ ਇਹ ਤਾਂ ਮਹੀਨੇ ਦੇ ਵਿੱਚ ਮਤਲਬ ਇਹਦਾ ਹਜ਼ਾਰਾਂ ਚੀ ਕੰਮ ਆ ਵੀ ਫਾਈਲ ਲੱਗ ਜਾਂਦੀ ਆ ਸੋ ਇਹਦੀ ਲੱਗਣ ਦਾ ਰੇਟ ਜਦੋਂ ਦਾ ਨਵਾਂ ਪੋਰਟਲ ਆਇਆ ਵਧਿਆ ਵੀ ਆ ਤੇ ਇਹਦੇ ਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਵੀ ਨਵੇਂ ਪੋਰਟਲ ਦੇ ਵਿੱਚ ਰਿਜ਼ਲਟ ਕਾਫੀ ਫਾਸਟ ਆਏ ਆ ਵੀ ਮਤਲਬ 15 20 ਦਿਨ ਤੋਂ ਲੈ ਕੇ ਮਹੀਨਾ 2 ਮਹੀਨੇ ਵਾਲੀਆਂ ਆਪਣੇ ਕੋਲੇ ਫਾਈਲਾਂ ਹੈਗੀਆਂ ਸਪੈਸ਼ਲੀ ਸੁਪਰ ਵੀਜ਼ਾ ਤਾਂ 15 15 20 20 ਦਿਨ ਦੇ ਵਿੱਚ ਉਹਨਾਂ ਨੇ ਫਾਈਲਾਂ ਚੱਕ ਕੇ ਉਹ ਮਾਰੀਆਂ ਸੋ ਇਹ ਕਾਫੀ ਵਧੀਆ ਕੰਮ ਕਰ ਰਿਹਾ ਇਸ ਟਾਈਮ ਦੇ ਉੱਪਰ ਬਾਈ ਜੀ ਇਥੇ ਇੱਕ ਚੀਜ਼ ਹੋਰ ਮੈਂ ਵੈਸੇ ਤਾਂ ਹੈ ਆਫਟ ਆਫੀਕਾ ਠੀਕ ਹੈ ਉਹ ਹੈਗੀ ਹੈ ਕਿ ਜਿਨ੍ਹਾਂ ਨੇ ਸਪਾਊਸ ਓਪਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਸਾਲ-ਸਾਲ ਦੋ-ਦੋ ਸਾਲ ਹੋ ਗਏ ਆ ਉਹ ਹੁਣ ਬਾਈ ਜੀ ਵਿਜ਼ਟਰ ਵੀਜ਼ਾ ਵਾਲਾ ਰੁੱਕ ਜਾ ਕਰ ਰਹੇ ਆ ਕਿ ਤਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਚੀਜ਼ ਪੋਸੀਬਲ ਹੈਗੀ ਮੈਂ ਇੱਥੇ ਖਾਸ ਤੌਰ ਤੇ ਪੰਜਾਬ ਵਾਲੇ ਜਿਹੜੇ ਐਪਲੀਕੈਂਟ ਆ ਮੈਂ ਉਹਨਾਂ ਦੇ ਬਾਰੇ ਗੱਲ ਕਰਨ ਲੱਗਾ ਕਿਉਂਕਿ ਸਾਰੇ ਕਹਿੰਦੇ ਵੀ ਖਿੱਚ ਲੋ ਸਟੂਡੈਂਟਾਂ ਨੂੰ ਵੀ ਤਿਆਰੀ ਤੇ ਵਰਕ ਪਰਮਿਟ ਵਾਲੇ ਵੀ ਖਿੱਚ ਲੋ ਤਿਆਰੀ ਤੇ ਪੀਆਰ ਵਾਲੇ ਵੀ ਖਿੱਚ ਲੋ ਤਿਆਰੀ ਵੀ ਕੰਮ ਨੇੜੇ ਆ ਠੀਕ ਹੈ ਭਾਈ ਜੀ ਹੁਣ ਸਪਾਊਸ ਓਪਨ ਵਰਕ ਪਰਮਿਟ ਦਾ ਰਿਜ਼ਲਟ ਨਹੀਂ ਆ ਰਿਹਾ ਤੇ ਕੀ ਵਿਜ਼ਟਰ ਵੀਜ਼ਾ ਲਾਉਣਾ ਚਾਹੀਦਾ ਹੈ ਜਾਂ ਨਹੀਂ ਲਾਉਣਾ ਹਾਂ ਜਾਂ ਨਾ ਦੇ ਵਿੱਚ ਜਵਾਬ ਦੇ ਦਿਓ ਬਾਕੀ ਆਪਾਂ ਬਰੀਫ ਕਿਸੇ ਦਿਨ ਹੋਰ ਗੱਲਬਾਤ ਕਰਾਂਗੇ ਬਿਲਕੁਲ ਲਾਉਣਾ ਚਾਹੀਦਾ ਜੀ ਕਿਉਂਕਿ ਘਟੋ ਘਟ ਰਿਜ਼ਲਟ ਦੇ ਰਹੇ ਨੇ ਉਹ ਤੁਹਾਡਾ ਇੱਕ ਪਾਸਾ ਕਰ ਦਿੰਦੇ ਆ ਵੀ ਇਧਰ ਜਾਂ ਉਧਰ ਹੁਣ ਉਹ ਫਿਰ ਅੱਗੇ ਡਿਟੇਲ ਟਾਪਿਕ ਆ ਵੀ ਕੀ ਨੂੰ ਲਾਉਣਾ ਚਾਹੀਦਾ ਕੀ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਨੇ ਰਿਜ਼ਲਟ ਚੰਗੇ ਆਉਣਗੇ ਜਾਂ ਮਾੜੇ ਆਉਣਗੇ ਉਹ ਫਿਰ ਆਪਾਂ ਇੱਕ ਪੂਰੀ ਵੀਡੀਓ ਦੇ ਤੇ ਕਰ ਲਾਂਗੇ ਭਾਈ ਜੀ ਅੱਗੇ ਆ ਜਾਂਦਾ ਵਿਜ਼ਟਰ ਰਿਕਾਰਡ ਇਹ ਵਿਜ਼ਟਰ ਰਿਕਾਰਡ ਹੈ ਕੀ ਹੈ ਤੇ ਇਹ ਜਾਨੀ ਕਿ 5504 ਵੱਧ ਕੇ ਐਪਲੀਕੇਸ਼ਨ ਆ ਜੀ ਇਹ ਹੈ ਕੀ ਹੈ ਸੋ ਵਿਜ਼ਟਰ ਰਿਕਾਰਡ ਜੀ ਮੋਟੀ ਜੀ ਆਪਾਂ ਗੱਲ ਕਰੀਏ ਇਹ ਇੱਕ ਤਰ੍ਹਾਂ ਜਿਹੜੇ ਬੰਦੇ ਵਿਜ਼ਟਰ ਵੀਜ਼ਾ ਤੇ ਕੈਨੇਡਾ ਦੇ ਵਿੱਚ ਆ ਜਾਂਦੇ ਆ ਸੋ ਵਿਜ਼ਟਰ ਵੀਜ਼ਾ ਤੁਹਾਡੇ ਲੱਗਿਆ ਹੋਇਆ 10 ਸਾਲ ਦਾ ਬਟ ਤੁਸੀਂ ਇੱਕ ਐਂਟਰੀ ਤੇ ਰਹਿ 6 ਮਹੀਨੇ ਹੀ ਸਕਦੇ ਹੋ ਰਾਈਟ ਜਾਂ ਜਿਹੜੇ ਸੁਪਰ ਵੀਜ਼ਾ ਤੇ ਆਏ ਆ ਉਹਨਾਂ ਨੂੰ ਕਿਹਾ ਵੀ 2 ਸਾਲ ਦੀ ਉਹਨਾਂ ਦੇ ਸਟੈਂਪ ਲਾਤੀ ਜਦੋਂ ਉਹ ਉਤਰੇ ਕਿ 2 ਸਾਲ ਰਹਿਣਾ ਬਟ ਹੁਣ 2 ਸਾਲ ਉਹਨਾਂ ਦੇ ਮੁੱਕ ਗਏ ਸੋ ਉਹ 6 ਮਹੀਨੇ ਤੋਂ ਬਾਅਦ ਜਰ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ 2 2 ਸਾਲ ਤੋਂ ਬਾਅਦ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਿਜ਼ਟਰ ਰਿਕਾਰਡ ਬਣਾਉਣਾ ਪੈਂਦਾ ਸੋ ਇਹ ਇੱਕ ਤਰ੍ਹਾਂ ਉਹ ਹੈ ਕਿ ਵਿਜ਼ਟਰ ਵੀਜ਼ਾ ਤੇ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਰਹਿਣਾ ਹੋਰ ਮੰਗਦੇ ਨੇ ਉਹ ਸੋ ਇਹਦੇ ਵਧਣ ਦਾ ਇੱਕ ਵੱਡਾ ਕਾਰਨ ਕੋਵਿਡ ਆ ਜੀ ਸੋ ਮਤਲਬ ਵੱਡਾ ਇੱਕ ਕਹਿ ਲਓ ਇੱਕ ਆਪਣੇ ਕੋਲੇ ਇਮੀਗ੍ਰੇਸ਼ਨ ਨੂੰ ਦੱਸਣ ਵਾਸਤੇ ਇੱਕ ਗੱਲ ਹੈਗੀ ਆ ਜੀ ਵੀ ਹਾਂ ਵੀ ਫਲਾਈਟਾਂ ਬੰਦ ਸੀ ਜੀ ਕੋਵਿਡ ਹੈ ਔਖਾ ਹੈ ਟਰੈਵਲ ਕਰਨਾ ਸੋ ਲੋਕਾਂ ਨੇ ਇਹ ਦੋ ਦੋ ਤਿੰਨ ਤਿੰਨ ਵਾਰੀ 6 6 ਮਹੀਨੇ ਕਰਕੇ ਕਿੰਨੀ ਕਿੰਨੀ ਵਾਰੀ ਵਧਾ ਲਏ ਸੋ ਇਸ ਕਰਕੇ ਇਹ ਕਾਫੀ ਜ਼ਿਆਦਾ ਲੱਗ ਰਹੇ ਆ ਹੁਣ ਵੀ ਲੱਗ ਰਹੇ ਆ ਤੇ ਆਮ ਦਿਨਾਂ ਦੇ ਵਿੱਚ ਮਤਲਬ ਕੋਵਿਡ ਤੋਂ ਜੇ ਆਪਾਂ ਪਹਿਲਾਂ ਅਣੀ ਗੱਲ ਕਰੀਏ ਤਾਂ ਇਹਦਾ ਨੰਬਰ ਕਾਫੀ ਘੱਟ ਹੁੰਦਾ ਸੀ ਹੁਣੇ ਕਾਫੀ ਵੱਧ ਆ ਬਾਈ ਜੀ ਅਗਲੀ ਕੈਟਾਗਰੀ ਆ ਗਈ ਵਰਕ ਪਰਮਿਟ ਵਾਲੇ ਹੁਣ ਇੱਥੇ ਆਪਾਂ ਗੱਲ ਕਰੀਏ ਕਿ ਜਿਹੜਾ ਵਰਕ ਪਰਮਿਟ ਆ ਉਸ ਕੈਟਾਗਰੀ ਦੇ ਵਿੱਚ ਫਾਲ ਕਰਦੇ ਜਿਹੜੇ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਜਿਹੜੇ ਬੈਠੇ ਆ ਫਿਰ ਤਾਂ ਬਾਈ ਜੀ 85526 ਯਾਨੀ ਕਿ ਹੈਗੇ ਆ ਤੇ 78000 ਵੀ ਇੱਕ ਪਾਸੇ ਲਿਖਿਆ ਜਾ ਰਿਹਾ ਪਰ ਇੱਥੇ ਮਾੜੀ ਗੱਲ ਇੱਕ ਇਹ ਆ ਕਿ 12349 ਐਪਲੀਕੇਸ਼ਨਾਂ ਜੜੀਆਂ ਹੋਰ ਐਡ ਆਨ ਹੋ ਗਈਆਂ ਜੀ ਬਿਲਕੁਲ ਸੋ ਵਰਕ ਪਰਮਿਟ ਦੀ ਜੇ ਆਪਾਂ ਗੱਲ ਕਰੀਏ ਜੀ ਇਹਦੇ ਚ ਹਰ ਤਰ੍ਹਾਂ ਦਾ ਵਰਕ ਪਰਮਿਟ ਆ ਜਾਂਦਾ ਅ ਪਰ ਜੇ ਆਪਾਂ ਇਹਦੇ ਚ ਆਪਣੇ ਪੰਜਾਬ ਦੇ ਕੰਟੈਕਸਟ ਚ ਗੱਲ ਕਰੀਏ ਤਾਂ ਮੈਜੋਰਟੀ ਸਪਾਊਸਲ ਓਪਨ ਵਰਕ ਪਰਮਿਟ ਹੀ ਹੋਊਗਾ ਉਦੋਂ ਬਾਅਦ ਦੂਜੇ ਨੰਬਰ ਵਾਲਾ ਜੇ ਲਈਏ ਆਪਾਂ ਇਹਦੇ ਵਿੱਚ ਕਹ ਲਓ ਵੀ ਪੰਜਾਬ ਦੇ ਕੇਸ ਦੇ ਵਿੱਚ ਐਲ ਐਮ ਆਈਆ ਬੇਸਡ ਹੋਣਗੇ ਕੁਝ ਕੁਝ ਸ਼ ਮਤਲਬ ਛੋਟੇ ਮੋਟੇ ਆ ਦੂਜੇ ਪ੍ਰੋਗਰਾਮਾਂ ਚ ਹੋ ਸਕਦੇ ਆ ਵੀ ਕਿਸੇ ਦੀ ਪੀਆਰ ਦੀ ਫਾਈਲ ਲੱਗੀ ਆ ਜਾਂ ਕੁਝ ਐਵੇਂ ਦਾ ਸੋ ਪੰਜਾਬ ਦੇ ਕੇਸ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਮੈਨੂੰ ਲੱਗਦਾ ਵੀ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਹੀ ਇਹਦੇ ਚ ਮੋਸਟਲੀ ਹੋਣਗੇ ਜਿਹੜੇ ਪੈਂਡਿੰਗ ਹੈ ਅ ਬਟ ਇਹਦੇ ਵਿੱਚ ਨਾਲ ਹੀ ਇਹ ਆ ਵੀ ਇਨਸਾਈਡ ਕੈਨੇਡਾ ਦੇ ਜੇ ਆਪਾਂ ਗੱਲ ਕਰੀਏ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਵੀ ਇਹਦੇ ਵਿੱਚ ਹੀ ਆ ਜਾਂਦੇ ਆ ਠੀਕ ਹੈ ਜੀ ਠੀਕ ਹੈ ਸੋ ਬੇਸਿਕਲੀ ਇਹ ਮਤਲਬ ਉਹਨਾਂ ਨੇ ਫਾਈਲਾਂ ਹੁਣ ਜਿਵੇਂ ਆਪਾਂ ਦੇਖਿਆ ਕੱਡੀਆਂ ਵੀ ਨੇ ਬਟ 12000 ਵੱਧ ਗਿਆ ਘਟਣ ਦੀ بجائے ਸੋ ਇਹ ਤੁਸੀਂ ਦੇਖ ਹੀ ਸਕਦੇ ਹੋ ਵੀ ਇੱਥੇ ਪ੍ਰੈਸ਼ਰ ਬਹੁਤ ਆ ਤੇ ਇਹ ਕਾਈਂਡ ਆਫ ਵੀ ਐਟ ਦਾ ਐਂਡ ਜਾ ਕੇ ਇਹਨਾਂ ਨੇ ਚੱਕਣਾ ਕਿਉਂਕਿ ਉਹੀ ਸਪਾਊਸਲ ਓਪਨ ਵਰਕ ਪਰਮਿਟ ਅਜੇ ਵੀ ਉਹਨਾਂ ਦੀ ਕੋਈ ਪ੍ਰਾਇੋਰਟੀ ਹੈਗੀ ਨਹੀਂ ਜੀ ਬਟ ਭਾਈ ਜੀ ਇੱਥੇ ਮੈਂ ਇੱਕ ਚੀਜ਼ ਰੋਕਣਾ ਜਾਊਂਗਾ ਕਿ ਇਹਨਾਂ ਨੇ ਜਿਹੜੀਆਂ ਦਸੰਬਰ 2021 ਦੇ ਵਿੱਚ ਐਪਲੀਕੇਸ਼ਨ ਲੱਗੀਆਂ ਸੀ ਜਾਂ ਜਨਵਰੀ 1 ਨੂੰ ਲੱਗੀਆਂ ਸੀ ਉਹਨਾਂ ਨੂੰ ਕਦਮ ਕਰਤਾ ਉਹਨਾਂ ਨੂੰ ਪੀਪੀਆਰ ਦੇਤੀਆ ਅਪਰੂਵਲ ਰਿਫਿਊਜ਼ਲ ਦੇਤੀਆ ਤੇ ਨਾਲ ਦੀ ਨਾਲ ਜਿਹੜੀਆਂ ਐਪਲੀਕੇਸ਼ਨਾਂ 2020 ਦੀਆਂ ਆਪਾਂ ਲਾਸਟ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਕਿਤੇ ਕਿਤੇ ਜਾਨੀ ਕਿ ਆਪਦਾ ਐਵਰੇਜ ਟਾਈਮ ਸੈੱਟ ਕਰਨ ਦੇ ਲਈ ਓਕੇ ਤਾਂ ਨਾ ਕਿਤੇ ਕੋਸ਼ ਚੀਜ਼ਾਂ ਪਿਕ ਕਰ ਲੈਂਦੇ ਆ ਸੋ ਇਹ ਬੜੀ ਹੈਰਾਨੀ ਜਾਣ ਕੇ ਗੱਲ ਸੀ ਵੀ ਕਿਤੇ ਨਾ ਕਿਤੇ ਤਾਂ ਸਾਨੂੰ ਇਹ ਲੱਗਦਾ ਕਿ ਚਲੋ ਚੰਗੀ ਖਬਰ ਹੈ ਸਪਾਊਸ ਓਪਨ ਵਰਕ ਪਰਮਿਟ ਵਾਲੇ ਵੀ ਆਉਣਗੇ ਠੀਕ ਹੈ ਆਪਦਾ ਇੰਜੋਏ ਕਰਨਗੇ ਸਾਰਾ ਕੁਝ ਕਰਨਗੇ ਬਟ ਮਸਲਾ ਫਿਰ ਉੱਥੇ ਦਾ ਉੱਥੇ ਹੀ ਆ ਜਾਂਦਾ ਬਾਈ ਜੀ ਵੀ ਪ੍ਰੋਪਰ ਤਰੀਕੇ ਨਾਲ ਗੱਲਬਾਤ ਖੜੀ ਸਿਰਫ ਇੱਥੇ ਆ ਕਿ ਪਹਿਲਾਂ ਜਿਹੜੀਆਂ ਦੂਜੀਆਂ ਪਰਮਨੈਂਟ ਰੈਜ਼ਿਡੈਂਸੀ ਦੀਆਂ ਐਪਲੀਕੇਸ਼ਨਾਂ ਸਟ੍ਰੀਮਲਾਈਨ ਹੈਗੀਆਂ ਪਹਿਲਾਂ ਉਹਨਾਂ ਤੇ ਕੰਮ ਹੋਊਗਾ ਫਿਰ ਜਾ ਕੇ ਇਹਨਾਂ ਦਾ ਨੰਬਰ ਆਊਗਾ ਬਟ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਾਈ ਜੀ ਜਿਵੇਂ ਹੀ ਇਹ ਜਾਨੀ ਕਿ ਹਾਥੀ ਘੋਟ ਲਿਆ ਵੀ ਠੀਕ ਆ ਹੁਣ ਉਹਨਾਂ ਨੇ ਕੁਝ ਕਰਨਾ ਨਹੀਂ ਨਹੀਂ ਫਾਇਦਾ ਦੇਖੋ ਇਹਦੇ ਜੋ ਸਾਫ ਦਾ ਹੋਊਗਾ ਅ ਬਟ ਗੱਲ ਇਹ ਹੀ ਆ ਵੀ ਫਾਇਦਾ ਉਹ ਗੱਲ ਵੀ ਹੈ ਨਹੀਂ ਵੀ ਚੱਕ ਲੋ ਰੱਖ ਲੋ ਵਰਕ ਪਰਮਿਟ ਵਾਲਿਆਂ ਦੀ ਹੁਣੀ ਹੋ ਜਾਣੀ ਆ ਉਹਦੇ ਵਿੱਚ ਟਾਈਮ ਲੱਗੂਗਾ ਉਹ ਟਾਈਮ ਮਤਲਬ ਮੈਂ ਜਿਹੜੀ ਟਾਈਮ ਲਾਈਨ ਅਜੇ ਰੱਖ ਕੇ ਚੱਲ ਰਿਹਾ ਹਾਂ ਵੀ ਜਿਵੇਂ ਇਹ ਕੰਮ ਕਰ ਰਹੇ ਨੇ 5 ਤੋਂ 6 ਮਹੀਨੇ ਹੈ ਕਿ ਉਦੋਂ ਆਪਾਂ ਨੂੰ ਐਟ ਲੀਸਟ ਰਿਜ਼ਲਟ ਆ ਜਿਹੜੇ ਉਹ ਕਾਫੀ ਹੱਦ ਤੱਕ ਨਾਰਮਲ ਟਾਈਮ ਲਾਈਨ 'ਚ ਮਿਲਣ ਲੱਗ ਜਾਣਗੇ ਹੁਣ ਅੱਗੇ ਕੀ ਹੁੰਦਾ ਕੋਈ ਪ੍ਰੋਗਰਾਮ ਕਿਵੇਂ ਆਉਂਦਾ ਜਾਂ ਕੀ ਕਰਦੇ ਆ ਕਿ ਨਹੀਂ ਕਰਦੇ ਉਹ ਕਾਫੀ ਸਿਚੁਏਸ਼ਨਾਂ ਹੈਗੀਆਂ ਵੀ ਇਹ ਬਦਲ ਵੀ ਸਕਦਾ ਬਟ ਫਿਲਹਾਲ ਆਪਾਂ ਇਹ ਸੇਫਲੀ ਕਹਿ ਸਕਦੇ ਹਾਂ ਵੀ ਅਜੇ ਵੀ 4 ਤੋਂ 5 ਤੋਂ 6 ਮਹੀਨੇ ਵਰਕ ਪਰਮਿਟ ਵਾਲਾ ਜਿਵੇਂ ਜੇ ਸਿਸਟਮ ਹੁਣ ਚੱਲ ਰਿਹਾ ਹੈ ਰਿਜ਼ਲਟ ਆ ਰਹੇ ਨੇ ਐਵੇਂ ਜਿਹਾ ਆਉਂਦੇ ਰਹਿਣਗੇ ਬਟ ਇਹ ਤੋਂ ਵੱਧ ਚੱਕ ਲੋ ਧਰ ਲੋ ਨਹੀਂ ਹੋਣੀ ਠੀਕ ਹੈ ਜੀ ਠੀਕ ਹੈ ਵੀ ਇਹ ਤਾਂ ਹੁਣ ਆਪਾਂ ਉਹ ਕਹਿ ਸਕਦੇ ਹਾਂ ਬਾਕੀ ਬਾਈ ਜੀ ਜਿਹੜੇ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਕਿ ਉਹੋ ਜੇ ਰਿਜ਼ਲਟ ਨਹੀਂ ਆਉਂਦਾ ਤਾਂ ਉਹ ਪਰਮਨੈਂਟ ਰੈਜ਼ਿਡੈਂਸੀ ਦਾ ਜਿਵੇਂ ਹੁਣ ਰੌਲਾ ਜਾਂ ਪੈ ਰਿਹਾ ਕਿ TR2 PR ਫੇਰ ਆਊਗਾ ਪਰ ਮੈਂ ਉਹਦੇ ਕਹਿਨ ਤਰ੍ਹਾਂ ਆਪਾਂ ਨਾ ਚਰਖੰਡਨ ਨਹੀਂ ਕਰਦੇ ਹੁੰਦੇ ਠੀਕ ਹੈ ਵੀ ਆਪਾਂ ਅਫਵਾਹ ਮੰਨਦੇ ਆ ਜਿਵੇਂ ਆਪਾਂ ਬੇਸਿਕਲੀ ਕੈਨੇਡੀਅਨ ਲੈਂਗੁਏਜ ਦੇ ਵਿੱਚ ਜਾਂ ਇੱਕ ਸਹੀ ਜੇ ਆਪਾਂ ਦੇਖਿਆ ਜਾਵੇ ਇੱਕ ਯੂਟਿਊਬਰ ਦੇ ਅਨਸਟ ਅਪੀਨੀਅਨ ਦੇ ਨਾਲ ਵੀ ਹਾਂ ਇਹ ਅਫਵਾਹ ਮੰਨ ਸਕਦੇ ਆ ਬਾਕੀ ਭਾਈ ਜੀ TR2 PR ਦੇ ਰਿਜ਼ਲਟ ਦਾ ਵੀ ਕੀ ਚੱਲ ਰਿਹਾ ਉਹ ਮਾੜਾ ਜਿਹਾ ਦੱਸ ਦਿਓ ਇੱਥੇ ਸੋ ਰਿਜ਼ਲਟ ਜੀ TR2 PR ਦੇ ਕਾਫੀ ਸਲੋ ਨੇ ਸਲੋ ਹੋਣ ਦਾ ਕਾਰਨ ਵੀ ਮੈਨੂੰ ਇਹੀ ਲੱਗਦਾ ਵੀ ਇਹਨਾਂ ਨੇ FSW ਨੂੰ ਥੋੜਾ ਜਆ ਵੱਲ ਵੱਧ ਪਾਇਆ ਹੋਇਆ ਉਧਰ ਨੂੰ ਜਾਦੇ ਇਹਨਾਂ ਦਾ ਹੈਗਾ ਇਸ ਟਾਈਮ ਤੇ ਰੁਝਾਨ ਕਿ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਵਾਰੀ ਕੁਛ ਨਾ ਕੁਛ ਦੇਈਏ ਕੁਛ ਖੜਾਈਏ ਕਿਉਂਕਿ ਉਹ 2020 ਦੇ ਵਿਚਾਰੇ ਬੈਠੇ ਆ ਉਹਨਾਂ ਨੂੰ 2 ਸਾਲ ਹੋ ਚੱਲੇ ਆ ਸੋ ਉਧਰ ਨੂੰ ਥੋੜਾ ਜਿਹਾ ਵੱਧ ਹੈ ਟੀਆਰ 2 ਪੀਆਰ ਦਾ ਜਿਵੇਂ ਇਹਨਾਂ ਨੂੰ ਕਾਫੀ ਹੱਦ ਤੱਕ ਜਿਵੇਂ ਮੈਂ ਕਹਿਣਾ ਵੀ ਫੋਕਸ ਹੀ ਦਸੰਬਰ ਦੇ ਵਿੱਚ ਸੋ ਦਸੰਬਰ ਲੰਘਣ ਤੋਂ ਬਾਅਦ ਹੁਣ ਉਹ ਫੋਕਸ ਇਹਨਾਂ ਦਾ ਟੀਆਰ 2 ਪੀਆਰ ਤੇ ਉਵੇਂ ਨਹੀਂ ਹੈਗਾ ਬਹੁਤ ਹੌਲੀ ਚੱਲ ਰਿਹਾ ਹੈ ਮੈਨੂੰ ਲੱਗਦਾ ਵੀ ਹੁਣ ਤਾਂ ਇਹ ਆ ਵੀ ਦੰਚ ਇੱਕ ਦੋ ਖਬਰ ਕਿਤੋਂ ਨਾ ਕਿਤੋਂ ਸੁਣੀ ਦੀ ਆ ਵੀ ਕਿਸੇ ਪਾਸੇ ਆ ਗਿਆ ਕਿਸੇ ਪਾਸੇ ਆਇਆ ਨਹੀਂ ਤਾਂ ਮਤਲਬ ਦਸੰਬਰ ਚ ਇਹ ਸੀ ਵੀ ਇੱਕ ਇੱਕ ਜਣੇ ਕੋਲ ਜਿਵੇਂ ਆਪਣੇ ਹੋਰ ਵੀ ਆਰਸੀਆਈਸੀ ਮਿਤਰ ਹੈਗੇ ਵੀ ਕਿਸੇ ਦੇ 10 ਡਿੱਗੇ ਕਿਸੇ ਦੇ 12 ਡਿੱਗੇ ਇਸ ਤਰ੍ਹਾਂ ਇੱਕ ਰਿਜ਼ਲਟ ਡਿੱਗ ਰਹੇ ਸੀ ਸੋ ਉਹਨਾਂ ਨੂੰ ਵੀ ਬਟ ਉਹ ਫੇਰ ਵੀ ਇਹਦੇ ਨਾਲ ਵੱਧ ਪ੍ਰਾਇੋਰਟੀ ਚ ਨੇ ਜਿਵੇਂ ਆਪਾਂ ਜੀ ਇਸ ਹਾਊਸਲਓਪਨ ਵਰਕ ਪਰ ਮਟਰ ਨਾਲ ਉਹਨਾਂ ਨੂੰ ਕੰਪੇਅਰ ਕਰੀਏ ਸੋ ਉਹਨਾਂ ਨੂੰ ਪਹਿਲਾਂ ਕੱਢਣਗੇ ਇਹਨਾਂ ਨਾਲ ਸੋ ਆਉਣ ਵਾਲੇ ਕਹਿ ਲਓ ਵੀ 2-3 ਮਹੀਨਿਆਂ ਦੇ ਵਿੱਚ ਮੈਂ ਦੁਬਾਰੇ ਸੋਚਦਾ ਵੀ ਉਹਨਾਂ ਉਹਨਾਂ ਕਨਹੀਂ ਦੁਬਾਰੇ ਜਾਣਗੇ ਇਹ ਸੋ ਉਹਨਾਂ ਨੂੰ ਚੰਗੀ ਖਬਰ ਮਿਲ ਸਕਦੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਆਹ ਬਾਈ ਜੀ ਮੇਰੇ ਹਿਸਾਬ ਨਾਲ ਫਿਰ ਇਹਦੇ ਵਿੱਚ ਆ ਕੀ ਹੋ ਗਿਆ ਮੈਨੂੰ ਇਹ ਦੱਸੋ ਕਿ ਇੱਕ ਹੋਰ ਇਹ ਇਹਨਾਂ ਨੇ ਦਿੱਤਾ ਹੋਇਆ ਪਰਸਨ ਐਜ਼ ਏ ਫਰਵਰੀ ਹਮ ਠੀਕ ਹੈ ਇੱਥੇ ਇਹਨਾਂ ਨੇ ਹਾਂਜੀ ਇਹ ਤਿੰਨ ਬੇਸਿਕਲੀ ਹੈਗਾ ਮਤਲਬ ਇੱਕ ਪਾਸੇ ਤਿੰਨ ਨੇ 1 ਅਕਤੂਬਰ ਵਾਲਾ ਟੇਬਲ ਵੀ ਨਾਲ ਲਾਇਆ ਇਹਨਾਂ ਨੇ ਜਿਹੜਾ ਦੂਜਾ ਟੇਬਲ ਸੀ ਇਹਦੇ ਵਿੱਚ ਸਿਰਫ ਦੋ ਹੀ ਟੇਬਲ ਆ ਜਿਹੜਾ ਦਸੰਬਰ 15 ਨੂੰ ਆਪਾਂ ਨੂੰ ਮਿਲਿਆ ਸੀ ਤੇ ਇੱਕ ਨੂੰ ਕਿੰਨਾ ਤੇ ਡਿਫਰੈਂਸ ਕਿੰਨਾ ਉਦੋਂ ਤੋਂ ਆਇਆ ਹੁਣ ਤੱਕ ਹਾਂਜੀ ਇਹਦੇ ਬਾਰੇ ਵੀ ਬਾਈ ਜੀ ਗੱਲ ਕਰ ਲਈ ਆਪਾਂ ਮੜੀ ਜੀ ਇਹ ਫਿਰ ਇਹ ਲੇਟੈਸਟ ਵਨ ਆ ਜੀ ਹਾਂਜੀ ਇਹੀ ਆਪਾਂ ਹੁਣ ਡਿਸਕਸ ਕਰਕੇ ਹਟਿਆ ਜਿਹੜਾ ਮਤਲਬ ਵੀ ਕੈਲੋ ਵੀ ਸਟੱਡੀ ਪਰਮਿਟ ਦਾ ਜਿਹੜਾ ਹੈਗਾ ਇਹਦੇ ਚ ਤਿੰਨ ਸੀ ਦੂਜੇ ਚ ਦੇਖੋ ਇਹ 27 ਅਕਤੂਬਰ ਤੋਂ ਆਪਾਂ ਕੀਤਾ ਬਾਈ ਜੀ ਹਾਂਜੀ ਉਹ ਅਕਤੂਬਰ ਵਾਲਾ ਡਿਫਰੈਂਸ ਸੀ ਆਹ ਲੇਟੈਸਟ ਡਿਫਰੈਂਸ ਹੈ ਮਤਲਬ ਦਸੰਬਰ ਤੋਂ ਹੁਣ ਤੱਕ ਵਾਲਾ ਠੀਕ ਹੈ ਜੀ ਆਹ ਦਸੰਬਰ ਦੇ ਵਿੱਚ ਜੇ ਆਪਾਂ ਗੱਲ ਕਰਦੇ ਆਂ ਤਾਂ 10000 ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਾਂ ਘਟਾਤੀਆਂ ਉਹਨਾਂ ਨੇ ਠੀਕ ਹੈ ਤੇ ਉਹਦੇ ਬਾਰੇ ਆਪਾਂ ਗੱਲ ਹੀ ਕਰ ਚੁੱਕੇ ਆਂ ਤੇ ਆਪਾਂ ਮੇਨਲੀ ਵਰਕ ਪਰਮਿਟ ਤੇ ਆਉਣੇ ਆ ਤੇ ਇੱਥੇ ਕਹਿੰਦੇ ਵੀ ਯਾਨੀ ਕਿ 7446 ਐਪਲੀਕੇਸ਼ਨਾਂ ਨਵੀਆਂ ਲੱਗ ਚੁੱਕੀਆਂ 15 ਦਸੰਬਰ ਤੋਂ ਲੈ ਕੇ ਫਰਵਰੀ 2022 ਤੱਕ ਹਾਂਜੀ ਨਵੀਆਂ ਮਤਲਬ ਇਹਦੇ ਚ ਆਪਾਂ ਇਹਨੂੰ ਇਸ ਤਰੀਕੇ ਦੇਖ ਸਕਦੇ ਹਾਂ ਕਿ ਦਸੰਬਰ 15 ਨੂੰ ਇਹਨਾਂ ਕੋਲ 78000 ਐਪਲੀਕੇਸ਼ਨ ਸੀ ਤੇ ਉਹਦੇ ਚ ਚਲੋ ਆਪਾਂ ਐਵੇਂ ਇੱਕ ਮੋਟਾ ਜਿਹਾ ਅੰਦਾਜ਼ਾ ਲਾ ਕੇ ਚੱਲੀਏ ਕਿ ਇਹਨਾਂ ਨੇ ਮੰਨ ਲਓ ਵੀ ਉੱਪਰ ਲਈ 8000 ਕਰਤੀ ਹੋਣੀ ਤਾਂ ਫੇਰ ਮੁੜ ਕੇ ਇਹਨਾਂ ਕੋਲੇ 7000 ਰਹਿ ਗਈ ਤੇ ਆਉਂਦੇ ਆਉਂਦੇ ਮਤਲਬ ਸੌਰੀ 70000 ਲਈ ਰਹਿ ਗਈ ਤੇ ਆਉਂਦੇ ਆਉਂਦੇ ਮਤਲਬ ਕਹਿ ਲਓ ਆਪਣਾ ਫਰਬਰੀ ਆਉਂਦੇ ਆਉਂਦੇ ਇਹਨਾਂ ਕੋ 15000 ਐਪਲੀਕੇਸ਼ਨ ਹੋਰ ਆ ਗਈ ਸੋ ਉਹ 85 ਹੋ ਗਈ ਸੋ ਉਹਦਾ ਜੋੜ ਘਟਾਓ ਦਾ ਨੈਟ ਡਿਫਰੈਂਸ ਜਿਹੜਾ ਬਣਿਆ ਉਹ ਵੀ ਇਹਨਾਂ ਕੋਲੇ 7000 ਐਪਲੀਕੇਸ਼ਨ ਵਾਧੂ ਪਈ ਆ ਇਸ ਟਾਈਮ ਦੇ ਉੱਪਰ ਸੋ ਇਸ ਤਰੀਕੇ ਕੈਲਕੂਲੇਟ ਕੀਤਾ ਇਹਨਾਂ ਨੇ ਠੀਕ ਹੈ ਜੀ ਠੀਕ ਹੈ ਹੁਣ ਬਾਈ ਜੀ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਗੱਲ ਕਰ ਲਈ ਆ ਹੁਣ ਤੁਸੀਂ ਨਿਚੋੜ ਕੱਢ ਕੇ ਦੱਸੋ ਕਿ ਐਕਚੁਅਲ ਦੇ ਵਿੱਚ ਬੈਕਲੌਗ ਨੂੰ ਹੱਥ ਪਾ ਲਿਆ ਠੀਕ ਹੈ ਸਾਰਾ ਕੁਝ ਕਰ ਲਿਆ ਆਈਆਰਸੀਸੀ ਵੱਲੋਂ ਅਪਡੇਟ ਕੀਤੇ ਜਾ ਰਹੇ ਵੀ ਅਸੀਂ ਪਰਮਨੈਂਟ ਰੈਜ਼ਿਡੈਂਸੀ ਆਸਤੇ ਟਰੈਕਰ ਲੈ ਆਏ ਹਾਂ ਸਾਰਾ ਕੁਝ ਲੈ ਆਏ ਅਸੀਂ ਇੰਪਰੂਵਮੈਂਟ ਕਰ ਰਹੇ ਹਾਂ ਅਸੀਂ ਰਿਜ਼ਲਟ ਲੈ ਕੇ ਆਵਾਂਗੇ ਪੀਪੀਆਰ ਦੇਖਣ ਨੂੰ ਮਿਲਦੀਆਂ ਮੈਡੀਕਲ ਰਿਕਵੈਸਟਾਂ ਦੇਖਣ ਨੂੰ ਮਿਲਦੀਆਂ ਡਾਕੂਮੈਂਟ ਰਿਕਵੈਸਟਾਂ ਆ ਰਹੀਆਂ ਸੋ ਕਿਤੇ ਨਾ ਕਿਤੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਇੰਡੀਆ ਦੇ ਵਿੱਚ ਵੀ ਇਹਨਾਂ ਨੇ ਸਟਾਫ ਆਪ ਦਾ ਚੇਂਜ ਕੀਤਾ ਥੋੜਾ ਜਿਹਾ ਹਾਂਜੀ ਵੈਸੇ ਇਹ ਆ ਵੀ ਆਪਣੇ ਕੋਲ ਕੋਈ ਕਨਫਰਮੇਸ਼ਨ ਹੈਗੀ ਨਹੀਂ ਬਟ ਇੰਡੀਆ ਵਾਲੇ ਸਟਾਫ ਦਾ ਐਵੇਂ ਹੁੰਦਾ ਕਿ ਜਦ ਜਿਹੜਾ ਕੈਨੇਡਾ ਵਾਲਾ ਸਟਾਫ ਹੈ ਬੇਸਿਕਲੀ ਵੀ ਇਹ ਕਿਤੇ ਵੀ ਇੱਕ ਥਾਵੇਂ ਕਰ ਦਿੰਨੇ ਤਾਂ ਇਹ ਲੋਡ ਡਿਸਟ੍ਰੀਬਿਊਸ਼ਨ ਤਾਂ ਕਰ ਦਿੰਨੇ ਆ ਆਪਸ ਦੇ ਵਿੱਚ ਉਹ ਕਾਫੀ ਵਾਰੀ ਤੁਸੀਂ ਦੇਖਿਆ ਉਹ ਵੀ ਤੁਹਾਡੀ ਫਾਈਲ ਕਿਤੋਂ ਕਿਤੇ ਪਹੁੰਚ ਗਈ ਜਾਂ ਕਿਸੇ ਆਫਿਸ ਦੇ ਵਿੱਚ ਪਹੁੰਚ ਗਈ ਸੋ ਇੰਡੀਆ ਵਾਲਾ ਸਟਾਫ ਬੇਸਿਕਲੀ ਕੀ ਹੈ ਕਿ ਜੇ ਇਹ ਵਧਾਉਂਦੇ ਵੀ ਆ ਤਾਂ ਇੰਡੀਆ ਵਾਲੇ ਸਟਾਫ ਦੀ ਪ੍ਰਾਇੋਰਟੀ ਜਿਹੜੀ ਹਮੇਸ਼ਾ ਹੀ ਰਹੀ ਹੈ ਤੇ ਹੁੰਦੀ ਆ ਉਹ ਇੱਕ ਤਾ ਐਫਐਸਡਬਲਯੂ ਵਾਲੀਆਂ ਫਾਈਲਾਂ ਹੁੰਦੀਆਂ ਨੇ ਕਿਉਂਕਿ ਉਹ ਬਾਹਰੋਂ ਇੰਡੀਆ ਤੋਂ ਬਹੁਤ ਲਗਦੀਆਂ ਨੇ ਇੰਡੀਆ ਲਾਰਜੈਸਟ ਕੰਟਰੀਬਿਊਟਰ ਐਫਐਸਡਬਲਯੂ ਦਾ ਦੁਨੀਆ ਦੇ ਵਿੱਚ ਓਕੇ ਜੀ ਤੇ ਦੂਜੀ ਉਹਨਾਂ ਦੀ ਹਮੇਸ਼ਾ ਮਤਲਬ ਪ੍ਰਾਇਓਰਟੀ ਹੁੰਦੀ ਹੈ ਸਟੱਡੀ ਵੀਜ਼ੇ ਸੋ ਇਹਦੇ ਚ ਜਿੰਨੇ ਸਟੱਡੀ ਵਾਲੇ ਤੇ ਆਪਾਂ ਗੱਲ ਕਰੀਏ ਵੀ ਐਫਐਸਡਬਲਯੂ ਵਾਲੇ ਉਹਨਾਂ ਚੋਂ ਕਾਫੀ ਹੱਦ ਤੱਕ ਕੰਮ ਜਿਹੜਾ ਉਹ ਇੰਡੀਆ ਆਫਿਸ ਦੇ ਵਿੱਚ ਹੋਇਆ ਹੋਊਗਾ ਆਪਾਂ ਇਹ ਬਹੁਤ ਸੇਫਲੀ ਮੰਨ ਸਕਦੇ ਹਾਂ ਕਿਉਂਕਿ ਇੰਡੀਆ ਇਹਨਾਂ ਦੋਨਾਂ ਹੀ ਸਟਰੀਮਾਂ ਦੇ ਵਿੱਚ ਸਭ ਤੋਂ ਵੱਧ ਜਵਾਗ ਭੇਜ ਰਿਹਾ ਹੈ ਭਾਈ ਜੀ ਇੱਥੇ ਇੱਕ ਚੀਜ਼ ਹੋਰ ਦੇਖੀ ਹੋਣੀ ਆ ਵੀ ਜੇ ਆਪਾਂ 15 ਦਸੰਬਰ 2021 ਤੋਂ ਲੈ ਕੇ ਫਰਵਰੀ ਅ 2022 ਤੱਕ ਦੇਖਦੇ ਆਂ ਤਾਂ ਵਰਕ ਪਰਮਿਟ ਦੀਆਂ 7000 ਜਾਨੀ ਕਿ 7500 ਆਪਾਂ ਐਪਲੀਕੇਸ਼ਨਾਂ ਮੰਨ ਸਕਦੇ ਆਂ ਵੈਸੇ ਇੱਥੇ ਹੈਗੀਆਂ 74400 7446 ਐਪਲੀਕੇਸ਼ਨਾਂ ਨਵੀਆਂ ਐਡ ਹੋਈਆਂ ਸੋ ਕਿਤੇ ਨਾ ਕਿਤੇ ਫਿਰ ਭਾਈ ਜੀ ਰੁਝਾਨ ਘਟ ਹੀ ਗਿਆ ਨਹੀਂ ਅ ਘਟਿਆ ਮਤਲਬ ਇਹਦਾ ਦੇਖੋ ਘਟਿਆ ਵਧਿਆ ਆਪਾਂ ਇਹ ਕਹਿ ਸਕਦੇ ਆਂ ਵੀ ਬੈਕਲੌਗ ਦੀ ਜਿੱਥੇ ਤੱਕ ਗੱਲ ਸੀ ਆਪਾਂ ਇਹਨੂੰ ਇਸ ਤਰੀਕੇ ਦੇਖ ਸਕਦੇ ਆਂ ਇਹ ਨਹੀਂ ਵੀ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਕੰਮ ਕੀਤਾ ਬਿਲਕੁਲ ਇਹਦੇ 'ਚ ਬਹੁਤ ਫਾਈਲ ਉਹਨਾਂ ਨੇ ਕੱਢੀ ਹੋਣੀ ਬਟ ਜਿੱਥੇ ਤੱਕ ਬੈਕਲੌਗ ਦੀ ਗੱਲ ਆ ਵੀ ਉਹ ਆਪਾਂ ਟੋਟਲ ਫਾਈਲ ਟੋਟਲ ਪ੍ਰੈਸ਼ਰ ਦੇ ਹਿਸਾਬ ਨਾਲ ਮੰਨਦੇ ਆ ਹਨਾ ਤੇ ਜੇ ਆਪਾਂ ਹੁਣ ਇਹਦੇ 'ਚੋ categories ਦੀ ਗੱਲ ਕਰੀਏ ਵੀ ਇਹਨਾਂ ਨੇ ਕਾਫੀ ਹੱਦ ਤੱਕ ਉਹਨੂੰ ਕਲੀਅਰ ਕੀਤਾ ਬਟ ਓਵਰਆਲ ਜੇ ਦੇਖੀਏ ਤਾਂ 18 ਲੱਖ ਦੀ 18 ਲੱਖ ਫਾਈਲ ਅੱਜ ਵੀ ਪਈ ਆ ਹੁਣ ਉਹਦੇ ਚ ਵੀ ਇਹਨਾਂ ਨੇ ਕਹ ਲੋ ਵੀ 29000 ਫਾਈਲ ਪੀਆਰ ਦੀ ਕੱਢਤੀ ਤੇ 30000 ਉੱਤੇ ਆ ਗਈ ਇਹਨਾਂ ਨੇ ਇਧਰੋਂ ਕਹਤੋ ਵੀ 8 5 5 7000 ਕੱਢਤੀ ਹੁਣ 5 7000 ਫੇਰ ਆ ਗਈ ਮਤਲਬ ਓਵਰ ਆਲ ਜਿਹੜਾ ਸਿਸਟਮ ਹੈ ਉਹ ਉਸੇ ਪ੍ਰੈਸ਼ਰ ਚ ਕੰਮ ਕਰ ਰਿਹਾ ਹੈ ਜੀ ਬਾਈ ਜੀ ਤੁਸੀਂ ਹੁਣ ਆਪਾਂ ਇਹ ਸਾਰੇ ਮੁਰਦਿਆਂ ਤੇ ਬੈਕਲੌਗ ਦੇ ਉੱਤੇ ਗੱਲਬਾਤ ਕਰ ਲਈ ਆ ਠੀਕ ਹੈ ਜੀ ਅਕਸਰ ਇੱਕ ਸਵਾਲ ਪੁੱਛਿਆ ਜਾਂਦਾ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਜੀ ਸੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਜੀ ਇੱਕ ਤਾਂ ਇਹ ਹੈ ਕਿ ਅਗਲੇ ਹਫਤੇ 14 ਜਾਂ 15 ਤਰੀਕ ਮੰਡੇ ਜਾਂ ਟਿਊਜ਼ਡੇ ਵੈਲੈਂਟਾਈਨਸ ਡੇ ਵਾਲੇ ਦਿਨ ਵੋਟਾਂ ਦੇ ਰਿਜ਼ਲਟ ਦੇ ਨਾਲ ਨਾਲ ਹੋ ਸਕਦਾ ਆਪਾਂ ਨੂੰ ਇਧਰੋਂ ਵੀ ਕੋਈ ਖਬਰ ਮਿਲੇ ਸੋ ਉਹ ਕਾਫੀ ਸਪੈਕੂਲੇਸ਼ਨ ਹੈ ਅੰਦਰੋਂ ਸਾਨੂੰ ਖਬਰਾਂ ਵੀ ਆਈਆਂ ਨੇ ਕੁਝ ਕਿ ਇਹ ਕੋਈ ਪਾਲਿਸੀ ਉਸ ਦਿਨ ਦੱਸਣਗੇ ਕਿ ਸੀਸੀ ਨੂੰ ਚਲਾਉਣਾ ਹੈ ਜਾਂ ਕਿਵੇਂ ਚਲਾਉਣਾ ਹੈ ਜਾਂ ਕੀ ਕਰਨਾ ਸੋ ਇੱਕ ਤਾਂ ਇਹ ਹੈ ਵੀ 14 ਤਰੀਕ ਤੱਕ ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ ਸੁਣਨ ਵਾਸਤੇ ਉਹ ਬਟ ਉਹਦੇ ਨਾਲ ਹੀ ਜੋ ਹਾਲਾਤ ਦਿਖ ਰਹੇ ਨੇ ਜੋ ਹਾਲਾਤ ਬਣ ਰਹੇ ਨੇ ਸਿਰਫ ਸੀਸੀ ਦੇ ਉੱਪਰ ਸਪੈਸ਼ਲੀ ਪਲੱਸ 2 ਵਾਲੇ ਜਵਾਬਾਂ ਨੂੰ ਨਿਰਪਰਨ ਨਹੀਂ ਰਹਿਣਾ ਚਾਹੀਦਾ ਉਹਦਾ ਮੈਂ ਰੀਜ਼ਨ ਦੱਸਦਾ ਆ ਬੀਸੀਪੀ ਐਨਪੀ ਦਾ ਅੱਜ ਡਰਾਅ ਆਇਆ ਸਾਰੀਆਂ ਸਟਰੀਮਾਂ ਦਾ ਆ ਸੋ ਬੀਸੀਪੀ ਐਨਪੀ ਦਾ ਜਿਹੜਾ ਡਰਾਅ ਹੈ ਪਿਛਲਾ ਡਰਾਅ ਜਿਹੜੀ ਆਪਣੀ ਆਰਮ ਸਟਰੀਮ ਹੈ ਇੱਕ ਪਲੱਸ 2 ਵਾਲੇ ਜਵਾਬ ਵਾਸਤੇ ਜਿਹੜੀ ਹੁੰਦੀ ਹੈ ਜਿਹੜਾ ਕੋਈ ਟਿਮ ਵਿੱਚ ਸੁਪਰਵਾਈਜ਼ਰ ਲੱਗਿਆ ਕਹੋ ਉਹਦੇ ਵਿੱਚ ਪਿਛਲਾ ਡਰਾਅ ਆਲਮੋਸਟ ਮੈਨੂੰ ਲੱਗਦਾ ਵੀ 70 ਕੁ ਪੁਆਇੰਟਾਂ ਤੇ ਕੁਝ ਗਿਆ ਸੀ ਮੈਂ ਗਲਤ ਵੀ ਹੋ ਸਕਦਾ ਮੈਨੂੰ ਪਿਛਲੇ ਦਾ ਥੋੜਾ ਜਿਹਾ ਬਟ 70 ਤੋਂ 80 ਲਾ ਲਓ ਇਹਦੇ ਵਿੱਚ ਵਿੱਚ ਕਿਤੇ ਸੀ ਹਾਂਜੀ 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 ਬਟ ਅੱਜ ਜਿਹੜਾ ਡਰਾ ਆਇਆ ਉਹ ਪਹੁੰਚ ਗਿਆ ਜੀ 96 ਤੇ ਸੋ ਉਹ 96 ਤੇ ਜਾਣ ਦਾ ਕਾਰਨ ਇਹੀ ਬਣਿਆ ਕਿ ਲੋਕ ਇਧਰ ਨੂੰ ਭੱਜੇ ਆ ਰਹੇ ਆ ਪੀ ਐਨ ਪੀ ਆਲ ਨੂੰ ਤੇ ਆਪਣੀ ਮੈਨੂੰ ਲੱਗਦਾ ਵੀ 온ਟਾਰੀਓ ਵਾਲੀ ਪੀਐਨਪੀ ਦਾ ਵੀ ਅਗਲੇ ਹਫ਼ਤੇ ਡਰਾ ਆ ਜਾਣਾ ਤੇ ਪਿਛਲਾ ਡਰਾ ਸੀ ਜਿਹੜਾ ਇਹਦਾ 60 59 ਤੇ ਗਿਆ ਸੀ ਤੇ ਮੈਨੂੰ ਲੱਗਦਾ ਵੀ ਇਸ ਵਾਰੀ ਇਹ ਵੀ ਉੱਪਰ ਜਾਊਗਾ ਸੋ ਆਪਾਂ ਦਾ ਬਾਰ ਬਾਰ ਕਹਿ ਰਹੇ ਹਾਂ ਵੀ ਜੀ ਦੀ ਐਲੀਜੀਬਿਲਟੀ ਬਣਦੀ ਆ ਤੁਸੀਂ ਪੀਐਨਪੀ ਦੇ ਪੂਲ ਦੇ ਵਿੱਚ ਜਾਓ ਤੇ ਘਟੋ ਘਟ ਉਥੋਂ ਆਪਣੀ ਇੱਕ ਫਾਈਲ ਸਿਕਯੂਰ ਕਰਕੇ ਰੱਖ ਲਓ ਜੇ ਕੱਲ ਨੂੰ ਸੀਸੀ ਖੁੱਲਦਾ ਵੀ ਆ ਤੁਹਾਡੇ ਨੰਬਰ ਬਣਦੇ ਵੀ ਨੇ ਤੁਸੀਂ ਬਿਲਕੁਲ ਉਧਰ ਵੀ ਫਾਈਲ ਲਾ ਸਕਦੇ ਹੋ ਜੇ ਤੁਹਾਨੂੰ ਛੇਤੀ ਫਾਈਲ ਕਰਾਉਣ ਦਾ ਵੀ ਕੋਈ ਇਹ ਹੈਗਾ ਵੀ ਹਾਂ ਅਸੀਂ ਛੇਤੀ ਪੀਆਰ ਹੋ ਜੀਏ ਅ ਬਟ ਜਿਹੜਾ ਹਿਸਾਬ ਚੱਲ ਰਿਹਾ ਹੈ ਜੇ ਸੀਸੀ ਨਹੀਂ ਖੁੱਲਦਾ ਸੋਮਵਾਰ ਨੂੰ ਜਾਂ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਆਪਣੇ ਕੋਲੇ ਫੇਰ ਸਮਾਂ ਨਹੀਂ ਇਹ ਮਿਲਣਾ ਇਹ ਦੋ ਹਫ਼ਤਿਆਂ ਤੋਂ ਬਾਅਦ ਮਤਲਬ ਤੁਸੀਂ ਇਹ ਮੰਨ ਕੇ ਚੱਲੋ ਵੀ ਇੰਨਾ ਸਟਰੀਮਾਂ ਦੇ ਵਿੱਚ ਵੀ ਆਪਾਂ ਨੂੰ ਸਮਾਂ ਨਹੀਂ ਮਿਲਣਾ ਕਿਤੇ ਵੀ ਹਾਂ ਅਸੀਂ ਹੁਣ ਅੱਜ ਫਾਈਲ ਲਾ ਦਈਏ ਸੋ ਅ ਫਾਈਲ ਲਾਉਣੀ ਜ਼ਰੂਰੀ ਆ ਤੇ ਰਾਹ ਖੁੱਲੇ ਰੱਖਣੇ ਜ਼ਰੂਰੀ ਆ ਕਿਉਂਕਿ ਅਗੇਨ ਦੂਜਾ ਇਹ ਆ ਵੀ ਜਿੰਨਾ ਸੀ ਸੀ ਦਾ ਬੈਕਲੌਗ ਵੱਧ ਰਿਹਾ ਉਨੇ ਜਿਹੜੀ ਸੀਸੀ ਦੇ ਵਿੱਚ ਕੱਲੋ ਵੀ ਆਪਣਾ ਸਕੋਰ ਬ੍ਰੇਕਡਾਊਨ ਹੁੰਦਾ ਉਨੇ ਬੰਦੇ ਉੱਪਰਲੇ ਸਕੋਰ ਤੇ ਵੱਧਦੇ ਜਾ ਰਹੇ ਨੇ ਤੇ ਉਹਦਾ ਨੁਕਸਾਨ ਕਿਹਨੂੰ ਹੋਣਾ ਜਿਹੜੇ 300 ਤੋਂ ਲੈ ਕੇ 350 ਵਾਲੀ ਲਾਈਨ ਦੇ ਵਿੱਚ ਬੈਠੇ ਆ ਹਾਂਜੀ ਪਰਲੇ ਤਾਂ ਉੱਪਰਲੇ ਤਾਂ ਉਹਨਾਂ ਨੇ ਚੱਕ ਲੈਣੇ ਆ ਇਨ ਐਨੀ ਕੇਸ ਹਾਂ ਜੇ ਸੀਸੀ ਚੱਲ ਪੈਂਦਾ ਪਹਿਲਾਂ ਵਾਂਗੂ ਚੱਲ ਪੈਂਦਾ ਫੇਰ ਚਲੋ ਉਹ ਸਾਰੀ ਸਾਮੇ ਜਾਣੇ ਆ ਵੀ ਕਹ ਲੋ ਵੀ ਦੋ ਡਰ ਰੁੱਕੇ ਵਾਰੀ ਆ ਜੂਗੀ ਪਰ ਇਹ ਆ ਵੀ ਰਸਤੇ ਖੁੱਲੇ ਰੱਖੋ ਤੇ ਦੂਜੀ ਗੱਲ ਜਿਹੜੀ ਇਹਦੇ ਚ ਹੋਰ ਇੱਕ ਧਿਆਨ ਦੇਣ ਵਾਲੀ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਲਾਈਟਲੀ ਲਿਆ ਲੋਕਾਂ ਨੇ ਪੀਆਰ ਨੂੰ ਸਟੂਡੈਂਟਸ ਵਾਸਤੇ ਕਾਫੀ ਸੌਖ ਵੀ ਹੋਈ ਐ ਚਲੋ ਆਪਾਂ ਉਹਨਾਂ ਨੂੰ ਕ੍ਰੈਡਿਟ ਵੀ ਦਿੰਨੇ ਆ ਵੀ ਸਟੂਡੈਂਟਸ ਨੇ ਉਹਦੇ ਵਾਸਤੇ ਉਹ ਰਿਜ਼ਰਵ ਕਰਦੇ ਸੀ ਵੀ ਉਹਨਾਂ ਨੇ ਐਡੇ ਔਖੇ ਸਮੇਂ ਦੇ ਵਿੱਚ ਫਰੰਟ ਲਾਈਨ ਤੇ ਰਹਿ ਕੇ ਕੰਮ ਵੀ ਕੀਤਾ ਸੋ ਇਹਨਾਂ ਨੇ 75 ਵਾਲਾ ਡਰਾਅ ਵੀ ਦਿੱਤਾ TR2PR ਵੀ ਦਿੱਤੀ ਪਰ ਜੇ ਕਿਤੇ ਇਹ ਕਹਿ ਦਿੰਦੇ ਉਹ ਅਗਲੀ ਪਾਲਿਸੀ ਦੇ ਵਿੱਚ ਵੀ ਜੋ ਪਹਿਲਾਂ ਹਸਾਬ ਸੀ ਵੀ ਦੁਬਾਰੇ FSW ਤੇ CC ਇਕੱਠਾ ਹੋ ਜਾਊਗਾ ਦਾ ਮਤਲਬ ਤੁਸੀਂ ਭੁੱਲ ਜੋ ਵੀ 1 ਸਾਲ ਦੇ ਵਿੱਚ ਵਿੱਚ ਵੀ 450 ਤੋਂ ਥੱਲੇ ਸਕੋਰ ਆਊਗਾ ਨਹੀਂ ਆਉਂਦਾ ਸੋ ਉਸ ਕੇਸ ਦੇ ਵਿੱਚ ਫੇਰਦੁਆਰੇ ਇਹੀ ਆ ਵੀ ਇਹ ਜਿਹੜੇ ਬਾਕੀ ਤੁਹਾਡੇ ਰਸਤੇ ਆ ਕੋਈ ਵੀ ਰਸਤਾ ਇਸ ਟਾਈਮ ਤੇ ਛੱਡੋ ਨਾ ਹਰ ਚੀਜ਼ ਦੀ ਤਿਆਰੀ ਕਰਕੇ ਰੱਖੋ ਜੀ ਵੀ ਐਲੀਜੀਬਿਲਟੀ ਬਣਦੀ ਆ ਪੀ ਐਨ ਪੀ ਦੇ ਵਿੱਚ ਪੂਲ ਦੇ ਵਿੱਚ ਫਾਈਲ ਪਾ ਕੇ ਬੈਠ ਜਾਓ ਕਿਉਂਕਿ ਜਿੰਨਾ ਤੁਸੀਂ ਲੇਟ ਕਰੋਗੇ ਉਹਨਾਂ ਨੂੰ ਨੁਕਸਾਨ ਆ ਤੇ ਜਿੰਨੀ ਉਹਨਾਂ ਨੇ ਡਰਾ ਨੂੰ ਲੇਟ ਕਰੀ ਜਾਣਾ ਉਹਨਾਂ ਇਸ ਪੂਲ ਨੇ ਵਧੀ ਜਾਣਾ हां ਦੁਆ ਪਾਹੀ ਕਰ ਸਕਦੇ ਆ ਵੀ ਉਹ ਖੋਲ ਦੇਣ ਭਾਵੇਂ ਕਿਸੇ ਵੀ ਸਕੋਰ ਤੇ ਖੋਲਣਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਜਿਹੜੇ ਕਾਫੀ ਵੱਡੇ ਸਕੋਰ ਵਾਲੇ ਲੋਕ ਬੈਠੇ ਹੁੰਦੇ ਆ ਪੀ ਐਨ ਪੀ ਆ ਦੇ ਵਿੱਚ ਫਾਈਲ ਨਾ ਲਾ ਕੇ ਉਹ ਦਵਾਰੇ ਉਧਰ ਆਪਣੇ ਚੱਲ ਜਾਂਦੇ ਆ ਤੇ ਇਹ ਆਪਣੇ ਵਰਗੇ ਮਾਤੜਾਂ ਵਾਸਤੇ ਛੱਡ ਦਿੰਦੇ ਆ ਵੀ ਛੋਟੇ ਸਕੋਰ ਵਾਲੇ ਭਾਈ ਤੁਸੀਂ ਐਕਸ਼ਨ ਕਰੋ ਸੋ ਆਪਾਂ ਦੁਆ ਇਹੀ ਕਰੀਏ ਵੀ ਡਰਾ ਆਵੇ ਭਾਵੇਂ 500 ਤੇ ਆਵੇ ਆ ਜੇ ਉਹ ਖੋਲ ਦੇਣ ਸੀਸੀ ਚੱਲ ਪੇ ਜੇ ਸੀਸੀ ਚੱਲ ਵੀ ਪੈਂਦਾ ਬਸ ਇਹ ਆ ਵੀ ਉਹਦੇ ਨਾਲ ਪੀ ਐਨ ਪੀ ਵਾਲਿਆਂ ਨੂੰ ਬਹੁਤ ਵੱਡਾ ਫਾਇਦਾ ਹੋ ਜੇ ਠੀਕ ਆ ਬਾਈ ਜੀ ਠੀਕ ਹੈ ਤੇ ਇਹ ਆਪਾਂ ਅੱਜ ਬੈਕਲੌਗ ਦੇ ਬਾਰੇ ਬਾਈ ਜੀ ਆਪਾਂ ਵਿਚਾਰ ਦਿੱਤੇ ਗੱਲਾਂ ਬਾਤਾਂ ਕੀਤੀਆਂ ਤੇ ਬਾਕੀ ਬਾਈ ਜੀ ਹੁਣ ਆਪਾਂ ਵੀ ਜਾਨੀ ਕੀ ਤੁਹਾਨੂੰ ਇਜਾਜ਼ਤ దਈ ਹੈ ਠੀਕ ਹੈ ਜੀ ਤੇ ਬਾਕੀ ਬਾਈ ਜੀ ਹੁਣੀ ਆਲ ਜਿਹੜੇ ਕੈਨੇਡਾ ਦੇ ਰਿਲੇਟਡ ਇਮੀਗ੍ਰੇਸ਼ਨ ਦੀਆਂ ਸਰਵਿਸੇਸ ਉਹ ਪ੍ਰੋਵਾਈਡ ਕਰਦੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਠੀਕ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ 100 ਡਾਲਰ ਉਹਨਾਂ ਦੇ ਚਾਰजेस ਨੇ ਬਾਈ ਜੀ ਉਹਨਾਂ ਦੇ ਤੇ RCIC ਹੈਗੇ ਨੇ ਰਜਿਸਟਰਡ ਕੰਸਲਟੈਂਟ ਨੇ ਠੀਕ ਹੈ ਤੇ ਆਲਵੇਜ਼ ਹੁਣ ਆ ਆਈਆਰਸੀਸੀ ਵੱਲੋਂ ਵੀ ਲਗਭਗ ਇਹ ਕਿਹਾ ਜਾ ਰਿਹਾ ਕਿ ਅਨਔਥਰਾਇਜ਼ ਕੋਲੇ ਨਾ ਜਾਓ ਕੱਲ ਨੂੰ ਤੁਸੀਂ ਜ਼ਿੰਮੇਵਾਰ ਹੋ ਬੈਨ ਲੱਗਦਾ ਜਾਂ ਕੁਛ ਲੱਗਦਾ ਸੋ ਬਾਈ ਜੀ ਇਹ ਸਾਰੀਆਂ ਗੱਲਾਂ ਦੇ ਨਾਲ ਤੁਹਾਨੂੰ ਇਜਾਜ਼ਤ ਦਿੰਦੇ ਆ ਤੇ ਬਾਕੀ ਜੀ ਤੁਸੀਂ ਆਏ ਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਆਪਾਂ ਨੈਕਸਟ ਐਪੀਸੋਡ ਵੀ ਲੈ ਕੇ ਆਵਾਂਗੇ ਜਲਦੀ ਤੋਂ ਜਲਦੀ ਤੇ ਬਾਕੀ ਜਾਂਦਿਆਂ ਕੋਈ ਵਿਚਾਰ ਤੁਹਾਡੇ ਅ ਵਿਚਾਰ ਜੀ ਉਹੀ ਨੇ ਜਿਹੜੇ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜਿਹੜੇ ਤਾਂ ਅੰਦਰ ਬੈਠੇ ਆ ਉਹ ਥੋੜਾ ਜਆ ਕਹ ਲਓ ਵੀ ਮਸਤੈਦ ਹੋ ਜਾਣ ਵੀ ਜਿਵੇਂ ਦੇ ਹਾਲਾਤ ਚੱਲ ਰਹੇ ਆ ਕਿ ਥੋੜਾ ਜਆ ਸੀਰੀਅਸ ਲਓ ਜਿਹੜੀ ਵੀ ਪੋਜੀਸ਼ਨ ਤੁਹਾਡੀ ਹੈਗੀ ਆ ਤੁਸੀਂ ਟਾਈਮ ਤੋਂ ਪਹਿਲਾਂ ਕੰਸਲਟ ਕਰੋ ਵੀ ਕਿਹੜੇ ਪਾਸੇ ਜਾਣਾ ਬਣੂਗਾ ਕੀ ਸੋ ਇਹ ਮੈਂ ਕੋਈ ਡਰਾ ਨਹੀਂ ਰਿਹਾ ਇਹ ਸਿਰਫ ਇੱਕ ਸਲਾਹ ਇੱਕ ਕਹਿ ਲਓ ਵੀ ਕੰਸਲਟੈਂਟ ਵਾਲੀ ਸਲਾਹ ਮੰਨ ਲਓ ਜਾਂ ਵੱਡੇ ਭਾਈ ਵਾਲੀ ਸਲਾਹ ਮੰਨ ਲਓ ਜਾਂ ਕਹਿ ਲਓ ਵੀ ਐਕਸਪੀਰੀਅੰਸ ਵਾਲੀ ਸਲਾਹ ਮੰਨ ਲਓ ਕਿਉਂਕਿ ਅਸੀਂ ਵੀ ਇਹਨਾਂ ਧੱਕਿਆਂ ਦੇ ਵਿੱਚੋਂ ਨਿਕਲ ਕੇ ਹੀ ਪੀਆਰ ਹੋਏ ਮੈਂ ਵੀ ਸਟੂਡੈਂਟ ਹੀ ਪੀਆਰ ਹੋਇਆ ਸੀ ਸੋ ਪਹਿਲਾਂ ਆਪਦਾ ਗੇਮ ਪਲਾਨ ਆ ਜਿਹੜਾ ਬਣਾ ਕੇ ਰੱਖੋ ਜਿਹੜੇ ਬਾਹਰ ਬੈਠੇ ਆ ਜਿਨ੍ਹਾਂ ਨੇ ਜੇ ਫਾਈਲਾਂ ਲਾਉਣੀਆਂ ਨੇ ਉਹਨਾਂ ਵਾਸਤੇ ਸਲਾਹ ਇਹ ਹੈ ਵੀ ਜਿਹੜਾ ਕੰਜਾ ਉਹ ਅਨਔਥਰਾਇਜ਼ਡ ਏਜੰਟਸ ਤੇ ਉਹਨਾਂ ਦੀਆਂ ਫਾਈਲਾਂ ਤੇ ਕਸਿਆ ਜਾ ਰਿਹਾ ਹੈ ਉਹਦੇ ਆਪਾਂ ਪਿੱਛੇ ਐਗਜ਼ਾਮਪਲ ਵੀ ਦੇਖੇ ਨੇ ਕੈਨੇਡਾ ਟੂ ਇੰਡੀਆ ਨੇ ਟਵੀਟ ਕੈਨੇਡਾ ਐਂਡ ਇੰਡੀਆ ਨੇ ਟਵੀਟ ਵੀ ਕੀਤਾ ਤੇ ਹਾਈ ਕਮਿਸ਼ਨ ਨੇ ਇੱਕ ਪੂਰਾ ਚਿੱਠਾ ਲਿਖਿਆ ਜਿਦੇ ਚ ਉਹਨਾਂ ਨੇ ਹਰੇਕ ਚੀਜ਼ ਐਡਰੈਸ ਕੀਤੀ ਹੈ ਅਨਔਥਰਾਇਜ਼ਡ ਏਜੰਟ ਕੋ ਲੈ ਕੇ ਮੈਰਿਜ ਫਰਾਡ ਤੱਕ ਸੋ ਉਹ ਨਿਗਾਹ ਰੱਖ ਰਹੇ ਨੇ ਬਿਗ ਬ੍ਰਦਰ ਇਜ਼ ਵਾਚਿੰਗ ਸੋ ਧਿਆਨ ਨਾਲ ਕਰਿਓ ਜੋ ਵੀ ਕਰਨਾ ਹੈ ਠੀਕ ਹੈ ਭਾਈ ਜੀ ਠੀਕ ਹੈ ਤੁਸੀਂ ਆਏ ਟਾਈਮ ਕੱਢਿਆ ਤੇ ਧੰਨਵਾਦ ਹਲੋ ਸਾਬ ਜਉਂਦੇ ਬਸ ਤੇ ਰਹੋ ਖੁਸ਼ ਰਹੋ ਤੇ ਬਾਕੀ ਹੁਣ ਆਪਾਂ ਵੀ ਲਈਏ ਜਾਜ ਬਾਕੀ ਜੇ ਇਹ ਵੀਡੀਓ ਚੰਗੀ ਲੱਗੀ ਤੁਹਾਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ ਹਲੋ ਸਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ